ਦੇ ਜੀਵਨ ਬਾਰੇ ਭਾਈ ਸਾਹਿਬ ਦੇ ਜਿਹੜੇ ਜਿਹੜੇ ਉਹ ਸੂਰ ਉਹਨਾਂ ਨੇ ਗੁਰਮਤ ਦੇ ਦ੍ਰਿੜ ਕੀਤੇ ਸੀ ਅਤੇ ਆਪਣੇ ਮਾਤਾ ਵਿਸ਼ੇ ਲਿਖੇ ਉਹਨਾਂ ਦੇ ਆਪਾਂ ਸਾਂਝ ਪਾਉਂਦੇ ਆਏ ਹਾਂ। ਅਤੇ ਕੱਲ੍ਹ ਜਿਹੜੀ ਗੱਲਬਾਤ ਚੱਲ ਰਹੀ ਸੀ ਕਿ ਭਾਈ ਸਾਹਿਬ ਨੇ ਕੀ ਗੁਰੂ ਗ੍ਰੰਥ ਸਾਹਿਬ ਦੀ ਪੂਜਾ ਬੁੱਧ ਪ੍ਰਸਤੀ ਕਿਤਾਬ ਵਿੱਚ ਕਿਸ ਤਰ੍ਹਾਂ ਉਹਨਾਂ ਨੇ ਉਹ ਇੰਗਲਿਸ਼ ਡਾਕਟਰ ਨੂੰ ਪ੍ਰੂਵ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਅਕਾਲ ਪੁਰਖ ਹੀ ਹੈ। ਅਤੇ ਉਹ ਉਹਨਾਂ ਦਾ ਵਿਸ਼ਵਾਸ ਸਾਹਿਬ ਮੇਰਾ ਇੱਕ ਇੱਕ ਉਹੀ ਹੈ ਅਤੇ ਉਹ ਸਰਬ ਕਲਾ ਸਮਰੱਥ ਅਤੇ ਸਭ ਤੋਂ ਉੱਚਾ ਅਤੇ ਅਕਾਲ ਪੁਰਖ ਆਪ ਹੀ ਹੈ। ਅਤੇ ਉਹ ਕਿਸ ਤਰ੍ਹਾਂ ਉਹਨਾਂ ਦੇ ਪੰਥਕ ਜੀਵਨ ਵਿੱਚ ਉਹਦੀ ਇੰਪਲੀਮੈਂਟੇਸ਼ਨ ਹੋਈ ਉਹਦੇ ਬਾਰੇ ਅੱਜ ਉਹਨਾਂ ਦੇ ਪੰਥਕ ਉਹਨਾਂ ਨੇ ਕੰਟਰੀਬਿਊਸ਼ਨਸ ਕਿਸ ਤਰ੍ਹਾਂ ਕੀਤੀਆਂ ਇਸ ਦ੍ਰਿੜ ਵਿਸ਼ਵਾਸ ਨਾਲ ਕਿ ਸਾਹਿਬ ਮੇਰਾ ਕੇਵਲ ਗੁਰੂ ਗ੍ਰੰਥ ਸਾਹਿਬ ਹੀ ਹੈ ਅਤੇ ਖਾਲਸਾ ਹਲੀਮੀ ਰਾਜ ਹੋ ਕੇ ਰਹੂਗਾ ਇਹਦਾ ਜਿਹੜਾ ਉਹਨਾਂ ਦਾ ਪੂਰਾ ਵਿਸ਼ਵਾਸ ਸੀ ਉਹਦੇ ਉਹਦੇ ਨਾਲ ਉਹਨਾਂ ਦੀ ਜਿਹੜੀ ਪੰਥਕ ਐਕਟੀਵਿਟੀਜ਼ ਸੀਗੀਆਂ ਉਹਦੇ ਬਾਰੇ ਅੱਜ ਭਾਈ ਸਾਹਿਬ ਉਹਨਾਂ ਤੋਂ ਸਾਰਿਆਂ ਤੋਂ ਉਹਨਾਂ ਦੇ ਜੀਵਨ 'ਚੋਂ ਇੰਸੀਡੈਂਟਸ ਸਾਖੀਆਂ ਸੁਣਾਂਗੇ। ਅਤੇ ਦਾਸ ਕਿਵੇਂ ਦਾ ਚਾਚਕ ਹੈ ਉਹ ਬੋਕੂ ਜੀ ਭੁੱਲਿਆ ਅੱਜ ਸਵੇਰੇ ਮੈਂ ਮੇਨ ਹਾਲ ਪ੍ਰਕਾਸ਼ ਕਰਨਾ ਸੀਗਾ ਅਤੇ ਫਾਈਲ ਨਾਲ ਚਾਹ ਗਏ ਸੋ ਐਸੇ ਵੀ ਆਪ ਜੀ ਨੇ ਸਾਰਾ ਸੁਣਾਉਣਾ ਹੁੰਦਾ ਦਾਸ ਇੱਕ ਜਿਹੜੀ ਗਿਆਨੀ ਮੋਲੋ ਸੀ ਉਹਨਾਂ ਨੇ ਉਹਨਾਂ ਬਾਰੇ ਸਟੋਰੀ ਸੁਣਾਈ ਸੀ ਉਹ ਸ਼ੇਅਰ ਕਰਦਾ ਅਤੇ ਉਸ ਤੋਂ ਬਾਅਦ ਫਿਰ ਆਪ ਜੀ ਉਹਦੀ ਐਗਜੈਕਟ ਮੈਨੂੰ ਨਹੀਂ ਯਾਦ ਵੀ ਕਿਹੜਾ ਮੋਰਚਾ ਸੀਗਾ ਪਰ ਭਾਈ ਸਾਹਿਬ ਨੇ ਜਿਹੜੀ ਗੁਰਦੁਆਰਾ ਸੁਧਾਰ ਲਹਿਰ ਮੂਵਮੈਂਟ ਸੀ ਉਹਦੇ 'ਚ ਕਾਫੀ ਕੁਛ ਹਿਸਟੋਰੀਅਨਸ ਦਾ ਤਾਂ ਕਹਿਣਾ ਕਿ ਉਹਨਾਂ ਨੇ ਸ਼ੁਰੂ ਹੀ ਉਹਨਾਂ ਵੱਲੋਂ ਹੋਈ ਸੀ ਉਹਦੇ ਵਿੱਚ ਇੱਕ ਕੋਈ ਗੁਰੂ ਸਥਾਨ ਸੀ ਜਿੱਥੇ ਨਿਹੰਗ ਸਿੰਘਾਂ ਨੇ ਕੀਤਾ ਸੀ ਕਬਜ਼ਾ ਅਤੇ ਪਰ ਉੱਥੇ ਉਹ ਗੁਰਮਤ ਤੋਂ ਉਲਟ ਐਕਟੀਵਿਟੀਜ਼ ਕਾਫੀ ਕਰਦੇ ਸੀਗੇ ਅਤੇ ਉੱਥੇ ਆਮ ਸੰਗਤ ਨੂੰ ਜਾਣ ਵੀ ਨਹੀਂ ਸੀ ਦਿੰਦੇ ਚਮਕੌਰ ਸਾਹਿਬ ਹੈ ਮੇਰੇ ਅੱਛਾ ਜੀ ਤੁਹਾਨੂੰ ਪੂਰਾ ਯਾਦ ਹੈ ਤੁਸੀਂ ਚਮਕੌਰ ਸਾਹਿਬ ਠੀਕ ਹੈ ਤਿਆਰ ਹੋ ਕੇ ਤੁਰ ਪਏ ਉਹਨਾਂ ਨੂੰ ਕੀਰਤਨ ਕਰਨਾ ਜਾ ਕੇ ਤੇ ਉਹ ਸਿੰਘ ਵੀ ਬੀਬੀਆਂ ਵੀ ਸਭ ਇਕੱਠੇ ਤੁਰੇ ਜਾ ਰਹੇ ਆ ਤੇ ਇੱਕ ਖਾਸ ਕਿਸੇ ਬੀਬੀ ਦਾ ਨਾਂ ਲਿਖਿਆ ਮੈਨੂੰ ਹੁਣ ਯਾਦ ਨਹੀਂ ਉਹ ਸਾਰਿਆਂ ਨੂੰ ਅੱਗੇ ਕਹਿੰਦੇ ਬੜੇ ਵੀਰ ਰਸ ਵਿੱਚ ਤੁਰੇ ਜਾਣ ਅਤੇ ਉਹ ਜਦੋਂ ਉਹ ਸਾਹਮਣੇ ਕਿਸੇ ਨਿਹੰਗ ਸਿੰਘ ਨੇ ਕੋਈ ਸ਼ਸਤਰ ਚਲਾਉਣ ਦੀ ਕੋਸ਼ਿਸ਼ ਵੀ ਕੀਤੀ ਤਾਂ ਬੀਬੀ ਜੀ ਨੇ ਜਾ ਕੇ ਉਹਦਾ ਹੱਥ ਹੀ ਫੜ ਅਤੇ ਉਹ ਉਹਨਾਂ ਦੇ ਉਹ ਇਕੱਲੀ ਬੀਬੀ ਦੇ ਹੀ ਇਸ ਜੋਸ਼ ਨਾਲ ਉਹ ਸਾਰੇ ਹੀ ਉਹ ਤਕਰੀਬਨ ਘਬਰਾ ਗਏ ਵੀ ਇਹ ਤਾਂ ਬੜੇ ਤਗੜਾ ਜਥਾ ਆਇਆ ਅਤੇ ਉਹ ਕੋਈ ਰੋਕ ਟੋਕ ਨਹੀਂ ਹੋਈ ਸਿੱਧੇ ਹੀ ਅੰਦਰ ਜਾ ਕੇ ਉੱਥੇ ਕੀਰਤਨ ਸ਼ੁਰੂ ਹੋ ਗਿਆ ਉਹ ਨਿਹੰਗ ਸਿੰਘ ਜਿਹੜੇ ਸੀਗੇ ਜਿਹੜੇ ਉੱਥੋਂ ਉਹ ਉਹਨਾਂ ਨੂੰ ਤਾਂ ਗਿਆ ਲੈ ਗਏ ਤਾਂ ਲੈ ਗਏ ਸਾਡਾ ਕਬਜ਼ਾ ਉਹਨਾਂ ਨੇ ਜਾ ਕੇ ਪੁਲਿਸ ਨੂੰ ਜਾ ਕੇ ਰਿਪੋਰਟ ਕਰਤੀ ਅਤੇ ਗੋਰਾ ਪੁਲਿਸ ਅਫਸਰ ਉਹ ਵੀ ਨਾਲ ਲੈ ਕੇ ਆਪਣੇ ਹੋਰ ਸਿਪਾਹੀ ਆ ਗਿਆ ਅਤੇ ਆ ਕੇ ਅਤੇ ਉਹਨੇ ਅੰਦਰ ਤਾਂ ਉਹਨੇ ਕਿੱਦਾਂ ਆਉਣਾ ਸੀਗਾ ਉਹ ਬਾਹਰ ਹੀ ਉਹਨੇ ਆਪਣਾ ਡੇਰਾ ਲਾ ਲਿਆ ਅਤੇ ਅੰਦਰ ਮੈਸੇਜ ਭੇਜਿਆ ਵੀ ਭਾਈ ਸਾਹਿਬ ਨੂੰ ਬੁਲਾ ਕੇ ਲਿਆ ਅਤੇ ਭਾਈ ਸਾਹਿਬ ਉਹਨੇ ਉਸ ਵੇਲੇ ਕੀਰਤਨ ਸਮਾਗਮ ਚੱਲ ਰਿਹਾ ਸੀ ਅਤੇ ਜਿਹੜਾ ਬੁਲਾਉਣ ਵੀ ਆਇਆ ਉਹਦੀ ਵੀ ਨਹੀਂ ਹਿੰਮਤ ਪਈ ਵੀ ਮੈਂ ਵਿੱਚ ਰੋਕਾਂ ਜਾ ਕੇ ਅਤੇ ਉਹ ਵੇਟ ਕਰਦਾ ਰਿਹਾ ਜਦੋਂ ਉਹ ਭੋਗ ਪਿਆ ਅਤੇ ਉਹਨੇ ਜਾ ਕੇ ਕਿਹਾ ਜੀ ਤੁਹਾਨੂੰ ਸਾਹਿਬ ਬੁਲਾਉਂਦੇ ਨੇ ਅਤੇ ਭਾਈ ਸਾਹਿਬ ਨੇ ਕਿਹਾ ਸਾਡਾ ਸਾਹਿਬ ਇੱਥੇ ਹੈਗਾ ਸਾਨੂੰ ਹੋਰ ਕੋਈ ਸਾਹਿਬ ਨਹੀਂ ਸਾਡਾ ਅਤੇ ਉਹ ਮੁੜ ਗਿਆ ਉਹ ਜਦੋਂ ਜਾ ਕੇ ਉਹਨੇ ਦੱਸਿਆ ਪੁਲਿਸ ਅਫਸਰ ਨੂੰ ਵੀ ਉਹ ਤਾਂ
ਉਹ ਕਹਿੰਦੇ ਅਸੀਂ ਨਹੀਂ ਕਿਤੇ ਸਾਹਿਬ ਨੂੰ ਮੰਨਦੇ ਤਾਂ ਸਾਡਾ ਤਾਂ ਸਾਹਿਬ ਇੱਕੋ ਹੀ ਹੈ ਇੱਥੇ ਹੈਗਾ ਸੀ। ਉਹ ਕਹਿੰਦਾ ਤੁਸੀਂ ਉਹਨਾਂ ਨੂੰ ਥੋੜ੍ਹਾ ਹੰਬਲ ਹੋ ਕੇ ਥੋੜ੍ਹਾ ਬੇਨਤੀ ਕਰੋ ਵੀ ਤੁਹਾਡੇ ਨਾਲ ਗੱਲ ਕਰਨੀ ਹੈ, ਜ਼ਰੂਰ ਤੁਸੀਂ ਆਓ ਬਾਹਰ। ਅਤੇ ਉਹ ਫਿਰ ਉਹਨਾਂ ਜਾ ਕੇ ਦੁਬਾਰਾ ਬੇਨਤੀ ਕੀਤੀ ਵੀ ਤੁਸੀਂ ਮਿਲ ਲਓ ਇੱਕ ਵਾਰੀ। ਫਿਰ ਭਾਈ ਸਾਹਿਬ ਨਾਨਕਪੁਰ ਸਿੰਘ ਜਦੋਂ ਬਾਹਰ ਗਏ ਅਤੇ ਉੱਥੇ ਜਿੱਥੇ ਪੁਲਿਸ ਅਫਸਰ ਬੈਠਾ ਸੀਗਾ ਉਹ ਕੁਰਸੀ 'ਤੇ ਬੈਠਾ ਅਤੇ ਮੂਹਰੇ ਨਿਹੰਗ ਸਿੰਘ ਸਾਰੇ ਥੱਲੇ ਬੈਠੇ। ਅਤੇ ਭਾਈ ਸਾਹਿਬ ਨੇ ਤਾਂ ਪਹਿਲਾਂ ਜਾਂਦੇ ਹੀ ਇਹ ਸ਼ੁਰੂ ਕਰ ਗੱਲ ਕਹਿਤੀ ਵੀ ਇਹ ਗੁਰੂ ਕੀ ਲਾੜੀਆਂ ਫੌਜਾਂ ਥੱਲੇ ਬੈਠੇ ਹੋਣ ਅਤੇ ਬੈਠਾ ਇਹ ਇੱਥੇ ਇੱਥੇ ਗੱਲ ਨਹੀਂ ਹੋਣੀ। ਉਹ ਫਿਰ ਉਹਨੇ ਫਟਾਫਟ ਹੋਰ ਮੰਜੇ ਮੁੰਜੇ ਮੰਗਾਏ ਸਾਰੇ ਸਾਰਿਆਂ ਨੂੰ ਉੱਤੇ ਬਿਠਾਇਆ ਅਤੇ ਫਿਰ ਗੱਲਬਾਤ ਹੋਈ ਅਤੇ ਫਿਰ ਉਹ ਇਸ ਤਰ੍ਹਾਂ ਵੀ ਨਿਬੜੀ ਪਾਈ। ਇਹਦੇ 'ਚੋਂ ਉਹਦਾ ਪੂਰਾ ਸ਼ਾਇਦ ਭਾਈ ਸਾਹਿਬ ਉਹਨਾਂ ਨੂੰ ਯਾਦ ਹੈ ਦੱਸ ਸਕਦੇ ਨੇ, ਪਰ ਜਿਹੜੇ ਮੈਨੂੰ ਇਹਦੇ 'ਚੋਂ ਬੜੀ ਪਿਆਰੀਆਂ ਚੀਜ਼ਾਂ ਲੱਗੀਆਂ, ਇੱਕ ਤਾਂ ਜਿਸ ਤਰ੍ਹਾਂ ਭਾਈ ਸਾਹਿਬ ਸਾਹਿਬ ਉਹਨਾਂ ਨੇ ਕਦੇ ਹੋਰ ਕਿਸੇ ਨੂੰ ਮੰਨਿਆ ਹੀ ਨਹੀਂ। ਇਹ ਇਸ ਪ੍ਰਥਾ ਇਹ ਬੇਨਤੀ ਹੈ ਕਿ ਆਪਾਂ ਵੀ ਇਹਦਾ ਖਿਆਲ ਰੱਖਿਆ ਕਰੀਏ। ਆਪਾਂ ਕਈ ਵਾਰੀ ਆਮ ਕਿਸੇ ਨੂੰ ਸਾਹਿਬ ਕਹਿ ਦਿੰਦੇ ਹਾਂ, ਇਹ ਦੱਸਦੀ ਇੰਨੀ ਸਮਝ ਆ ਵੀ ਜਿਹੜੀ ਗੁਰੂ ਸਾਹਿਬ ਨਾਲ ਸਿੱਧੀ ਜੁੜੀ ਹੋਵੇ ਉਹ ਸਾਹਿਬ ਹੈ। ਸੋ ਭਾਈ ਵੀ ਗੁਰੂ ਭਾਈ ਹੈ, ਇਸ ਕਰਕੇ ਉਹ ਭਾਈ ਸਾਹਿਬ ਨੂੰ ਆਪਾਂ ਕਹਿ ਸਕਦੇ ਹਾਂ। ਜਿਹੜੀ ਸਿੱਧੀ ਗੁਰੂ ਸਾਹਿਬ ਨਾਲ ਜੁੜੀ ਹੈ ਅਤੇ ਇਸੇ ਤਰ੍ਹਾਂ ਜਿਹੜੇ ਹਿਸਟੋਰਿਕ ਗੁਰੂ ਸਥਾਨ ਜਿਹੜੇ ਸਿੱਧੇ ਗੁਰੂ ਸਾਹਿਬ ਨਾਲ ਉਹਨਾਂ ਦੇ ਜੁੜੇ ਉਹਨਾਂ ਨੂੰ ਆਪਾਂ ਹਮੇਸ਼ਾ ਸਾਹਿਬ ਕਰਕੇ ਅਨੰਦਪੁਰ ਸਾਹਿਬ ਅੰਮ੍ਰਿਤਸਰ ਸਾਹਿਬ ਅਤੇ ਇਸ ਤਰ੍ਹਾਂ। ਹਾਂਜੀ ਹਾਂਜੀ ਉਹ ਗੁਰੂ ਗੁਰੂ ਦੇ ਗੁਰੂ ਵਿੱਚ ਹੈ ਨਾ, ਫਿਰ ਆਪਣੇ ਭਾਈ ਗੁਰੂ ਕਰਕੇ ਹੈ ਨਾ। ਪਰ ਜੇ ਆਪਾਂ ਕਹੀਏ ਹਾਂ ਫਿਰ ਉੱਥੇ ਫਿਰ ਤੁਸੀਂ ਉਹ ਭੱਟੀ ਨੂੰ ਸਾਹਿਬ ਬਣਾ ਲਿਆ। ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਹ ਜੇ ਭਾਈ ਸਾਹਿਬ ਜ਼ਿਕਰ ਕਰ ਰਹੇ ਸੀ ਮੋਰਚੇ ਦਾ, ਉਹਦੇ ਬਾਰੇ ਜਿਹੜਾ ਪੜ੍ਹਿਆ ਸੀ ਦਾਸ ਨੇ, ਉਹ ਸੀਗਾ ਵੀ ਕਾਫੀ ਸਮੇਂ ਤੋਂ ਭਾਈ ਸਾਹਿਬ ਜਿਹਨਾਂ ਦੀ ਸੀਗੀ ਵੀ ਉੱਥੇ ਜਿਹੜੀ ਕ੍ਰੀਤੀਆਂ ਚੱਲ ਰਹੀਆਂ ਉਹਨਾਂ ਨੂੰ ਠੀਕ ਕੀਤਾ ਜਾਵੇ, ਪਰ ਉਹ ਝਗੜੇ ਦੇ ਡਰ ਤੋਂ ਨਾ ਝਗੜਾ ਨਾ ਹੋਵੇ ਉੱਥੇ। ਅਤੇ ਭਾਈ ਵੀਰ ਸਿੰਘ ਹੋਰ ਵੀ ਉਹਨਾਂ ਦੇ ਜਿਹੜੇ ਪੰਚ ਵਿੱਚ ਬ੍ਰਿਟਿਸ਼ ਵਿਅਕਤੀ ਸੀਗੇ, ਉਹਨਾਂ ਨੇ ਭਾਈ ਸਾਹਿਬ ਨੂੰ ਮਨਾ ਕਰ ਦੇਣਾ ਅਤੇ ਕਿੰਨੇ ਸਾਲ ਇੱਦਾਂ ਹੀ ਮਨਾ ਹੁੰਦੇ ਰਹੇ। ਅਤੇ ਐ ਕੀ ਕਹਿੰਦੇ ਐ ਕੀ ਜ਼ਰੂਰ ਅੰਦਰ ਦੀਆਂ ਪ੍ਰਕਰਮਾਂ ਕਰਨੀਆਂ, ਅੰਦਰ ਪ੍ਰਕਰਮਾਂ ਨਹੀਂ ਸੀ ਕਰਨ ਦਿੰਦੇ। ਉਹ ਕਹਿੰਦੇ ਕਹਿੰਦੇ ਸੰਗਤ ਵਿੱਚ ਜੂੜੇ ਆ ਜਾਂਦੇ ਆ, ਸੰਗਤ ਵਿੱਚ ਜੂੜੇ ਵੀ ਆ ਜਾਂਦੇ ਆ, ਜਮਾਤ ਵੀ ਆ। ਤਾਂ ਉਹ ਇਹ ਭਾਈ ਸਾਹਿਬ ਦੇ ਇਹ
ਅਤੇ ਸੰਗਤ ਵਿੱਚ ਕੋਈ ਚੂੜਾ ਚਮਾਰ ਨਹੀਂ, ਕੋਈ ਨਹੀਂ ਹੈ। ਸਾਡੇ ਗੁਰੂ ਕੇ ਲਾਲ ਜਿਹੜੇ ਹੈਗੇ ਆ ਤਿਆਰ ਦਾ ਤਿਆਰ ਹੈ, ਉਹਦਾ ਕੋਈ ਜ਼ਿਆਦਾਤਰ ਫਰਕ ਨਹੀਂ ਸੀ। ਪਰ ਪਹਿਲਾਂ ਹੁੰਦਾ ਸੀਗਾ, ਇਹ ਨਿਹੰਗ ਸਿੰਘ ਕਰਦੇ ਸੀਗੇ। ਇਹਦੇ ਅਜੇ ਵੀ ਟਕਸਾਲ ਵਿੱਚ ਜਿਹੜੇ ਹੈਗੇ ਆ ਨੀਵੀਆਂ ਜਾਤਾਂ ਦੇ, ਉਹਨਾਂ ਨੂੰ ਕਈ ਸੇਵਾ ਨਹੀਂ ਕਰਨ ਦੇ। ਅਤੇ ਉਹ ਫਿਰ ਇਸ ਸਮਾਗਮ ਵਿੱਚ ਸਾਰੀ ਸੰਗਤ ਬਹੁਤ ਜੋਸ਼ ਵਿੱਚ ਸੀਗੀ, ਕਹਿੰਦੇ ਹੈ ਕਿ ਜ਼ਰੂਰ ਅੰਦਰ ਦੀਆਂ ਪ੍ਰਕਰਮਾਂ ਕਰਨੀਆਂ। ਅਤੇ ਫਿਰ ਪ੍ਰਕਰਮਾਂ ਕੀਤੀਆਂ, ਫਿਰ ਨਿਹੰਗ ਸਿੰਘਾਂ ਬਾਰੇ ਦੱਸਿਆ ਹੀ ਆ। ਅਤੇ ਉਹ ਨਿਹੰਗ ਸਿੰਘਾਂ ਉਹ ਸਾਰੇ ਚਿੱਠੇ ਪੈ ਗਏ ਜਦੋਂ ਭਾਈ ਸਾਹਿਬ ਨੇ ਕਿਹਾ ਨਾ ਵੀ ਗੁਲਟੀਆਂ ਲਾਡੀਆਂ ਫੌਜਾਂ ਜੇ ਬੈਠਣ 'ਤੇ ਅਸੀਂ ਉੱਤੇ ਅਸੀਂ ਇੱਦਾਂ ਨਹੀਂ, ਇਹ ਗੱਲਬਾਤ ਨਹੀਂ ਹੋਣੀ। ਫਿਰ ਉਹਨਾਂ ਨੇ ਮੰਜੇ ਮੰਗਾ ਕੇ ਉਹਨਾਂ ਨੂੰ ਸਾਰਿਆਂ ਨੂੰ ਸਤਿਕਾਰ ਨਾਲ ਬਿਠਾਇਆ। ਫਿਰ ਕਹਿੰਦੇ ਉਹਨਾਂ ਦਾ ਸਿਗਾ, ਕਹਿੰਦੇ ਚੂਲ੍ਹੇ ਨਹੀਂ ਪ੍ਰਕਰਮਾ ਕਰ ਸਕਦੇ। ਉਹਨਾਂ ਨੇ ਅੰਗਰੇਜ਼ ਅਫਸਰ ਨੂੰ ਕਿਹਾ, ਭਾਈ ਸਾਹਿਬ ਨੇ ਬਹੁਤ ਉਹਨਾਂ ਨੂੰ ਕਿਹਾ, ਕਹਿੰਦੇ ਵੀ ਤੁਹਾਡੇ ਵਿੱਚ ਜਦੋਂ ਬੈਪਟਾਈਜ਼ ਹੋ ਜਾਂਦੇ ਆ ਤਾਂ ਕੋਈ ਜਾਤ ਦਾ ਵਿਤਕਰਾ ਰਹਿੰਦਾ? ਉਹ ਕਹਿੰਦੇ ਨਹੀਂ। ਕਹਿੰਦੇ ਮੁਸਲਮਾਨਾਂ, ਉੱਥੇ ਮੁਸਲਮਾਨ ਵੀ ਸੀ, ਉਹਨੂੰ ਪੁੱਛਿਆ, ਕਹਿੰਦੇ ਨਹੀਂ ਸਾਡੇ ਵੀ ਨਹੀਂ ਕੁਛ ਵੀ ਹੁੰਦਾ। ਫਿਰ ਕਹਿੰਦੇ ਇਸੇ ਤਰ੍ਹਾਂ ਸਾਡੇ ਵਿੱਚ ਵੀ ਆ, ਜਦੋਂ ਬੈਪਟਾਈਜ਼ ਮਤਲਬ ਅੰਮ੍ਰਿਤ ਛਕ ਲੈਂਦਾ, ਭਾਵੇਂ ਚੂੜਾ ਹੋਵੇ ਚਮਾਰ ਹੋਵੇ ਕੋਈ ਜਾਤ ਦਾ ਵੀ ਹੋਵੇ, ਅੰਮ੍ਰਿਤ ਛਕ ਛੱਕ ਤਿਆਰ ਬਾਰ ਤਿਆਰ ਹੋ ਜਾਂਦਾ, ਅਤੇ ਇਹ ਵਿਤਕਰਾ ਨਹੀਂ ਹੋ ਸਕਦਾ, ਵੀ ਇਹ ਨਹੀਂ ਹੋ ਸਕਦਾ। ਫਿਰ ਉਹਨਾਂ ਨੂੰ ਨਿਹੰਗ ਸਿੰਘਾਂ ਨੂੰ ਸਾਰੀਆਂ ਭਾਈ ਸਾਹਿਬ ਨੇ ਜਿੱਦਾਂ ਕਨਵਿੰਸ ਕੀਤਾ ਨਾ, ਉਹ ਬਹੁਤ ਕੁਮਾਰ ਜੀ ਉਹਨਾਂ ਦੀ ਸੀਗੀ, ਵੋਕੈਬਲਰੀ ਵੀ ਸੀਗੀ, ਸੱਚੇ ਪਾਤਸ਼ਾਹ ਦੀ ਬੜੀ ਕਿਰਪਾ ਸੀਗੀ। ਅਤੇ ਉਹ ਸਾਰੇ ਉਹਦੇ ਜਿਹੜੇ ਸੀ ਅਫਸਰ, ਉਹ ਸਾਰੇ ਕਾਇਲ ਹੋ ਗਏ। ਜੋ ਵੀ ਸੀ ਉਹਨਾਂ ਨੇ ਕਿਹਾ, ਜਿੱਦਾਂ ਭਾਈ ਸਾਹਿਬ ਨੇ ਕਿਹਾ ਉੱਦਾਂ ਹੀ ਸਾਡੇ ਸਾਰੀਆਂ ਸ਼ਰਤਾਂ ਉੱਦਾਂ ਹੀ ਹੋਈਆਂ। ਫਿਰ ਉਦੋਂ ਤੋਂ ਫਿਰ ਪ੍ਰਕਰਮਾਂ ਵਿੱਚ ਕੋਈ ਰੋਕ ਟੋਕ ਨਹੀਂ ਹੋਈ। ਭਾਈ ਸਾਹਿਬ ਦਾ ਇੱਕ ਸੀਗਾ, ਜਦੋਂ ਉਹ ਸਾਰਿਆਂ ਨੇ ਪੜ੍ਹਿਆ ਹੀ ਆ, ਅਤੇ ਉਹ ਕਹਿੰਦੇ ਜਦੋਂ ਅੰਮ੍ਰਿਤਸਰ ਖਾਲਸਾ ਕਾਲਜ ਸੀ, ਉੱਥੇ ਹੋਸਟਲ ਦੇ ਸੁਪਰਡੈਂਟੈਂਟ ਸੀਗੇ, ਤਾਂ ਉਹ ਬੱਚਿਆਂ ਨੇ ਉਹ ਕਾਲਜ ਦੇ ਵਿਦਿਆਰਥੀਆਂ ਨੇ ਕਿਹਾ ਵੀ ਅਸੀਂ ਖੀਰ ਛਕਣ ਦੀ, ਉਹਨੇ ਵੀ ਕਿਹਾ ਵੀ ਸਾਨੂੰ ਖੀਰ ਬਣਾ ਦਿਉ ਵੀਕਐਂਡ 'ਤੇ। ਅਤੇ ਭਾਈ ਸਾਹਿਬ ਨੇ ਜਿਹੜੇ ਲੰਘ ਰਹੀ ਸੀ ਉਹਨਾਂ ਨੂੰ ਭੇਜਿਆ ਵੀ ਤੁਸੀਂ ਪਿੰਡਾਂ ਵਿੱਚੋਂ ਦੁੱਧ ਲੈ ਕੇ ਆਓ। ਦੁੱਧ ਲੈ ਕੇ ਆਏ, ਖੀਰ ਬਣਾਈ, ਅਤੇ ਜਦੋਂ ਖੀਰ ਛਕੀ ਤਾਂ ਉਹ ਸਾਰੇ ਨਿਟਾਲ ਹੋ ਗਏ, ਕਿਸੇ ਨੂੰ ਉਲਟੀਆਂ ਆਉਣ ਲੱਗ ਪਈਆਂ, ਵੋਮਿਟਿੰਗ ਹੋਣ ਲੱਗ ਪਈ, ਅਤੇ ਸਾਰੇ ਬਹੁਤ ਮੂਰਛਿਤ ਹੋ ਗਏ। ਉਹ ਜਿਹੜੇ ਲਿਖਿਆ ਨਾ, ਉਹ ਕਹਿੰਦੇ ਮੈਂ ਉੱਥੇ ਸੀਗਾ ਜਦੋਂ ਇਹ ਵਾਕਿਆ ਹੋਇਆ। ਅਤੇ ਕਹਿੰਦੇ ਭਾਈ ਸਾਹਿਬ ਕਹਿੰਦੇ ਮੈਂ ਅੰਮ੍ਰਿਤਸਰ ਦਰਬਾਰ ਸਾਹਿਬ ਗਿਆ ਸੀਗਾ, ਅਤੇ ਜਦੋਂ ਇਹ ਵਾਕਿਆ ਹੋਇਆ, ਅਤੇ ਕਹਿੰਦੇ ਜਦੋਂ ਮੈਂ ਗਿਆ ਨਾ ਉੱਥੇ ਉੱਥੇ ਭਾਈ ਸਾਹਿਬ ਬੈਠੇ, ਉਹਨਾਂ ਦੇ ਮੂੰਹ 'ਚ ਮਤਲਬ ਉੱਦਾਂ ਹੀ ਹੱਸੂ ਕਰਦਾ ਮੂੰਹ 'ਤੇ ਚਿਹਰਾ, ਅਤੇ ਕੋਈ ਉਹਨਾਂ 'ਤੇ ਮਤਲਬ ਸੋ ਦੀ ਕੋਈ ਗੱਲ ਹੀ ਨਹੀਂ ਸੀਗੀ। ਅਤੇ ਕਹਿੰਦੇ ਦੋ ਲਾਂਗੜੀ ਮੂਹਰੇ ਖੜ੍ਹੇ ਸੀਗੇ, ਉਹ ਕਹਿੰਦੇ ਸੱਚੋ ਸੱਚ ਦੱਸ ਦਿਓ ਵੀ ਤੁਸੀਂ ਅਤੇ ਦੁੱਧ ਵਿੱਚ ਕੋਈ ਤੁਸੀਂ ਮਿਲਾਵਟ ਤਾਂ ਨਹੀਂ ਕੀਤੀ? ਕਹਿੰਦੇ ਨਹੀਂ ਜੀ ਅਸੀਂ ਨਹੀਂ ਕੀਤੀ। ਉਹ ਮੰਨਣੀ ਨਾ, ਕਹਿੰਦੇ ਫਿਰ ਹੱਥ ਕਰੋਗੇ? ਕਹਿੰਦੇ ਭਾਈ ਸਾਹਿਬ ਰੂਲ ਸੀਗਾ ਅਤੇ ਅੱਛਾ ਉਹ ਕਿਤੇ ਕਹਿੰਦੇ ਪੰਜ ਰੂਲ ਮਾਰੇ ਅਤੇ ਨਾਲ ਹੀ ਵਾਹਿਗੁਰੂ ਵਾਹਿਗੁਰੂ। ਕਹਿੰਦੇ ਜਦੋਂ ਪੰਜ ਰੂਲ ਲੱਗੇ, ਉਹਨਾਂ ਦੇ ਮੂੰਹ ਵਿੱਚ ਵੀ ਵਾਹਿਗੁਰੂ ਵਾਹਿਗੁਰੂ ਆਪੇ ਨਿਕਲਣ ਲੱਗ ਪਿਆ। ਅਤੇ ਕਹਿੰਦੇ ਉਹ ਤਾਂ ਮਹਾਂਪੁਰਸ਼ ਲੈਂਦੇ, ਕਹਿੰਦੇ ਮਹਾਂਪੁਰਸ਼ ਦੇ ਮੂੰਹ 'ਚੋਂ ਜਦੋਂ ਵਾਹਿਗੁਰੂ ਪੰਜ ਵਾਰੀ ਨਿਕਲਿਆ, ਉਹਨਾਂ ਦੇ ਡੰਡੇ ਪਏ ਅਤੇ ਉਹ ਵੀ ਫਿਰ ਵਾਹਿਗੁਰੂ ਵਾਹਿਗੁਰੂ ਕਰਨ ਲੱਗ ਪਏ। ਫਿਰ ਹੱਥ ਜੋੜ ਕੇ ਫਿਰ ਕਹਿੰਦੇ ਸਾਨੂੰ ਬਹੁਤ ਵਗਿਆ ਹੋ ਗਈ, ਅਸੀਂ ਦੁੱਧ ਲਿਆਂਦਾ ਅਤੇ ਰਾਹ ਵਿੱਚ ਚੱਪੜ 'ਚ ਉਹਨਾਂ ਨੂੰ ਪਾਣੀ ਪਾ ਲਿਆ, ਗੰਦਾ ਪਾਣੀ ਨਾ ਦੁੱਧ ਵਿੱਚ ਮਿਕਸ ਕਰ ਦਿੱਤਾ,
ਰਾਖ ਲਿਓ ਮੇਰੇ
ਉਹਨਾਂ ਦੀਆਂ ਤੇ ਜਿੰਨੀਆਂ ਜੇ ਆਪਾਂ ਕਰੀਏ ਗੱਲਬਾਤ ਹੈ ਜੀ, ਅਤੇ ਇਹ ਹੈ ਵੀ ਯਾਨੀ ਅਸੀਂ ਆਮ ਤੌਰ 'ਤੇ ਕਿਸੇ ਵੱਡੇ ਮਹਾਂਪੁਰਖ ਦੀ, ਹੁਣ ਸਾਡੀਆਂ ਜਿਹੜੀਆਂ ਪੁਰਾਣੀਆਂ ਹੈਗੀਆਂ ਨੇ ਦੂਸਰੀਆਂ ਨਾਲ, ਗੁਰੂ ਨਾਨਕ ਸਾਹਿਬ ਦੀਆਂ ਜਿਹੜੀਆਂ ਬਣੀਆਂ ਨੇ, ਉਹ ਜਿਹੜੇ ਚਮਤਕਾਰ ਹੁੰਦੇ ਨੇ ਨਾ, ਅਸੀਂ ਉਹ ਦੱਸਦੇ ਹਾਂ ਚਮਤਕਾਰ ਹੈ, ਯਾਨੀ ਜੁਕੂੰ ਜਿਹਦੀ ਸਾਨੂੰ ਸਮਝ ਨਹੀਂ ਪੈਂਦੀ ਅਤੇ ਬੜੇ ਫਿਰ ਹੈਰਾਨ ਹੋ ਜਾਂਦੇ ਹਾਂ, ਅਤੇ ਸਾਡੀ ਜਿਹੜੀ ਆ ਫੇਸ ਜਿਹੜਾ ਸਾਡਾ ਫਿਰ ਉਹ ਹਿਸਾਬ ਦੇ ਨਾਲ ਫਿਰ ਬਣ ਜਾਂਦਾ ਹੈ ਜੀ। ਅਤੇ ਲੇਕਿਨ ਅਸਲ ਜਿਹੜੀ ਚੀਜ਼ ਹੈ ਨਾ, ਉਹ ਤਾਂ ਹੈ ਉਹਨਾਂ ਦੀ ਅਵਸਥਾ ਜਿਹੜੀ ਕਿ ਉਹਨਾਂ ਦੀ ਨਾਮ ਦੀ ਕਮਾਈ ਦੇ ਨਾਲ ਜਿਹੜੀ ਕਿ ਬਣੀ ਹੈ ਜੀ। ਅਸਲ ਜਿਹੜੀ ਆ ਕਲਾ ਜਿਹੜੀ ਹੈ ਉਹ ਵਰਤ ਰਹੀ ਹੁੰਦੀ ਜੀ, ਅਤੇ ਬਾਕੀ ਠੀਕ ਹੈ, ਕਿਉਂਕਿ ਇਹ ਹੁਣ ਚੱਲ ਪਈਆਂ। ਹੁਣ ਬਾਬੇ ਕਈ ਨੇ ਇਹਨਾਂ ਦੀਆਂ ਤੁਸੀਂ ਕਹਾਣੀਆਂ ਤੁਸੀਂ ਸੁਣੋ ਕਈ ਵਾਰਾਂ ਹੈ ਜੀ, ਮਗਰੋਂ ਆਪਣੇ ਜਿੱਤਰ ਦੀਆਂ ਮਰਜ਼ੀਆਂ ਬਣਾਈ ਜਾਂਦੇ ਨੇ ਜੀ। ਇਹ ਕ੍ਰਿਸ਼ਮੇ ਜਿਹੜੇ ਹੈਗੇ ਆ ਤਾਂ ਸ਼ੁੱਧੇ ਸਿੱਧ ਨੇ, ਇਹ ਕ੍ਰਿਸ਼ਮੇ ਜਿਹੜੇ ਨੇ ਇਹ ਤਾਂ ਮਗਰ ਲੱਗੇ ਫਿਰ ਨੌ ਦਿਨ ਦੀ ਸਾਰੇ ਸਿੱਧੀਆਂ ਪਿੱਛੇ ਲੱਗੀਆਂ ਫਿਰ ਹੈ ਜਿਹਨਾਂ ਰਾਮ ਹਿਰਦੇ ਵਿਸਾਚ ਜੀ। ਅਤੇ ਸੋ ਇਹ ਜਿਹੜੀਆਂ ਚੀਜ਼ਾਂ ਨੇ ਨਾ, ਬਹੁਤਾ ਜਿਹੜਾ ਹੈਗਾ ਇਹਨਾਂ ਦਾ ਖਿਆਲ ਜਿਹੜਾ ਹੈ ਜੀ, ਜਦੋਂ ਨਵੀਂ ਨਵੀਂ ਬਣੀ ਅੰਗਰੇਜ਼ਾਂ ਨੇ ਬਣਾਉਣ ਲੱਗੀ ਸੀ ਆਪਣੇ ਦਿੱਲੀ, ਤੇ ਆਪਣੇ ਦਿੱਲੀ ਵਾਲੇ ਸਾਈਡ ਤੇ ਆ ਗਏ ਸੀ। ਅੱਛਾ ਉਦੋਂ ਚੰਗੀ ਤਰ੍ਹਾਂ ਦੱਸਣਗੇ ਰਕਾਬ ਬਾਈ ਦਾ, ਤੁਸੀਂ ਦੱਸੋ ਆ ਜਾਓ ਇੱਥੇ ਆਉਣਾ ਉਹ ਗੱਲ ਇਹ ਹੋਈ ਭਈ ਜਿਹੜਾ ਲੌਜ ਬਣਨੀ ਸੀ ਉਹਦੇ ਵਾਸਤੇ ਉਹਨਾਂ ਨੇ ਜ਼ਮੀਨ ਐਕਵਾਇਰ ਕਰਨੀ ਸੀ ਬਗੈਰ ਕਿਸੇ ਨੂੰ ਦੱਸਿਆ ਆਪਣਾ ਰਕਾਬ ਗੁਰਦੁਆਰਾ ਰਕਾਬ ਏਜੰਸੀ ਕੰਧ ਸੀ, ਕੰਧ ਜਿਹੜੀ ਸੀ ਉਹ ਉਹਨਾਂ ਨੇ ਗਵਰਨਮੈਂਟ ਨੇ ਜਿਹੜੀ ਬ੍ਰੇਕ ਕਰਤੀ ਤੋੜ ਦਿੱਤੀ, ਅਤੇ ਫਿਰ ਉਹਦੇ ਵਿੱਚ ਉਹਦੇ ਨਾਲ ਫਿਰ ਰੋਜ਼ ਜਾਗਿਆ ਸਾਰਿਆਂ ਨੂੰ ਹੀ ਆਪਣੇ ਸਿੰਘਾਂ ਨੂੰ ਵੀ ਸਿਰ ਜਿੰਨੇ ਹੈਗੇ ਸੀ ਆਪਣੇ ਕਿਸੇ, ਉਹ ਫਿਰ ਮੋਰਚਾ ਜਿਹੜਾ ਪਹਿਲਾ ਜਿਹੜਾ ਮੋਰਚਾ ਜਿਹਾ ਸੀ ਉਹ ਇਹਨਾਂ ਨੇ ਲੀਡ ਕੀਤਾ ਭਾਈ ਸਾਹਿਬ ਭਾਈ ਰਣਜੀਤ ਸਿੰਘ ਹੋਰਾਂ, ਉਹਨੂੰ ਉਹ ਇਹੋ ਹੀ ਕਹਿੰਦੇ ਨੇ ਆਪਣਾ ਗੁਰਦੁਆਰਾ ਰਕਾਬ ਭਾਈ ਸਾਹਿਬ ਦਾ ਮੋਰਚਾ ਜਿਹੜਾ ਹੈ ਕੰਧਾ ਮੋਰਚਾ, ਕੰਧਾਂ ਦਾ ਮੋਰਚਾ ਉਹ ਫਿਰ ਅਖੀਰ ਨੂੰ ਆਪਣਾ ਇਹਨਾਂ ਨੂੰ ਗੌਰਮੈਂਟ ਨੂੰ ਮੰਨਣਾ ਪਿਆ, ਅਤੇ ਉਹ ਫਿਰ ਉਸੇ ਤਰ੍ਹਾਂ ਹੀ ਜਿਹੜੀ ਪੁਰਾਣੀ ਰਹੀ ਸੀ ਉਹਨਾਂ ਆਪਣਾ ਜਿਹੜਾ ਨਕਸ਼ਾ ਨਕਸ਼ਾ ਬਦਲ ਲਿਆ। ਮੇਰੇ ਮੇਰੇ ਮਨ ਸੀ ਪੰਥਕ ਜਿਹੜੇ ਕੰਮ ਸੀ ਜਿਹੜਾ ਭਾਵੇਂ ਉਹ ਕੋਈ ਵੀ ਹੋਵੇ ਕਿਸੇ ਤਰ੍ਹਾਂ ਉੱਥੇ ਉਹ ਉਹਨਾਂ ਕਰਦੇ। ਆਹ ਮਾਰਚ 1700 ਹੀ ਗਏ ਉਹਨਾਂ ਨੂੰ ਮਰ ਮੋਰਚਾ ਲੱਗਾ ਸੀ ਅਤੇ ਉਹ ਆਪਣਾ ਕਰਨਾ ਸੀ ਉਹਨਾਂ ਨੇ ਵਰਤ ਰੱਖਣਾ ਸੀ ਭਾਈ ਸਾਹਿਬ ਕੋਲ ਪਏ, ਉਹ ਇਹਨੇ ਸਲਾਹ ਲੈ ਲਈ ਜਾਂਦੇ ਹੁੰਦੇ ਸੀ ਅਤੇ ਉਹਨੂੰ ਕਹਿੰਦੇ ਮਾਸਟਰ ਜੀ ਇਸ ਤਰ੍ਹਾਂ ਨਹੀਂ ਕੰਮ ਮੰਨਣਾ, ਸਿੱਧੇ ਹੋ ਕੇ ਲੱਗੋ। ਬਸ ਇਹਨੇ ਕਿਹਾ ਉਹ ਫਿਰ ਫਤਿਹ ਬੁਲਾ ਕੇ ਫਿਰ ਚਲੇ ਗਏ। ਸੋ ਇਹ ਸੀ ਵੀ ਜੋ ਉਹਨਾਂ ਦਾ ਸੀ ਨਾ ਆਪਣਾ, ਔਰ ਉਹ ਫਿਰ ਠੀਕ ਹੈ ਵਰਤ ਵਰਤ ਰੱਖ ਲਿਆ, ਕੋਈ ਬਣੇ ਵੀ ਨਹੀਂ ਕੁਛ ਵੀ ਹੁਣ ਤਾਂ। ਰਕਾਬਗੰਜ ਸਾਹਿਬ ਦੀ ਜਿਹੜੀ ਜਗ੍ਹਾ ਸੀਗੀ
ਉਹਦੇ ਅੰਦਰ ਜਿਹੜਾ ਹੁਣ ਪਾਰਲੀਮੈਂਟ ਬਣਿਆ ਹੋਇਆ ਹੈ, ਪ੍ਰੈਜ਼ੀਡੈਂਟ ਹਾਊਸ ਬਣਿਆ ਹੈ, ਇਹ ਸਾਰਾ ਗਵਰਨਮੈਂਟ ਸਾਰੀ ਜਗ੍ਹਾ ਬਣਿਆ ਸੀ ਤੇ ਉਹਦੇ ਅਗੇਂਸਟ ਹੁਣ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ 750 ਏਕੜ ਜ਼ਮੀਨ ਫਾਜ਼ਿਲਕਾ ਚ ਮਿਲੀ ਹੈ, ਜਿਹੜਾ ਮੁਆਵਜ਼ਾ ਮਿਲਿਆ ਨਾ 750 ਏਕੜ ਮਿਲਿਆ ਉੱਥੇ, ਤੇ ਮਤਲਬ ਕੇਸ ਕਰਿਆ ਹੋਇਆ ਸੀ ਇਹਨਾਂ ਨੇ ਤੇ ਜਿੱਤ ਗਏ ਸੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ। ਇਹ ਲੇਟੈਸਟ ਅਪਡੇਟ ਇਹੀ ਹੈ ਕਿ 750 ਏਕੜ ਜ਼ਮੀਨ ਜਿਹੜੀ ਉਹਦੇ ਅਗੇਂਸਟ ਸਾਨੂੰ ਮਿਲ ਗਈ। ਉਦੋਂ ਉਹਨੇ ਬਸ ਜਿਹੜੇ ਆਪਣੇ ਹੈਗੇ ਸੀ ਪੁਰਾਣੇ ਜਿੱਥੇ ਆਪਣੇ ਗੁਰੂ ਸਾਹਿਬ ਦੇ ਆਪਣੇ ਦਿੱਲੀ ਦੇ ਕਿੰਨੇ ਆ ਗਏ ਸੀ ਉਹਨਾਂ ਦੇ ਨਾਲ ਕਾਫੀ ਸਾਰੇ ਜ਼ਿਕਰਾਂ ਦਾ ਇਸ ਵਿੱਚ ਵੀ ਦੱਸ ਚਾਹੁੰਦਾ ਸੀਗਾ ਕਿ ਆਪਾਂ ਜਿਹੜੀ ਭਾਈ ਸਾਹਿਬ ਦੀ ਸਪਿਰਿਟ ਕਿ ਸਾਹਿਬ ਇੱਕ ਹੈ ਅਤੇ ਉਹ ਸਾਹਿਬ ਸਾਰਿਆਂ ਉੱਚਾ ਹੈ, ਉਹ ਦੁਨਿਆਵੀ ਵਾਇਸਰਾਏ ਜਾਂ ਲੀਡਰਸ ਉਹਨਾਂ ਦੀ ਸੜਕ ਬਣਾਉਣ ਲਈ ਨਾਲ ਖਾਤਰ ਗੁਰਦੁਆਰੇ ਦੀ ਕੰਧ ਨੂੰ ਢਾਉਣ ਇਹ ਬਰਦਾਸ਼ਤ ਵਾਲਾ ਸੀ ਅਤੇ ਉਹ ਮੇਰੇ ਕੋਲ ਬੋਲਚਾਲ ਹੋਣ ਕਰਕੇ ਉਸੇ ਤਰ੍ਹਾਂ ਹੀ ਉਹ ਉਹਨਾਂ ਨੂੰ ਕਾਰਨ ਵੀ ਜਿਹੜੀ ਸੀ ਸੜਕ ਜਿਹੜੀ ਉਸੇ ਤਰ੍ਹਾਂ ਬਣਾਉਣੀ ਪਈ ਔਰ ਬਿਲਕੁਲ ਉਸੇ ਤਰ੍ਹਾਂ ਗੁਰਦੁਆਰੇ ਦੇ ਆਲੇ ਦੁਆਲੇ ਸੜਕ ਬਣਾਉਣ ਲੱਗੀ, ਸਿੱਧੀ ਨਹੀਂ ਹੋਈ ਉਸੇ ਚ ਪਾਤਸ਼ਾਹ ਨਾਲ ਭਾਈ ਸਾਹਿਬ ਨੇ ਉਹ ਬੋਲਚਾਲ ਲਾ ਕੇ ਫਿਰ ਆਪ ਜੇਲ੍ਹ 'ਚ ਗਏ, ਕਿੰਨੇ ਕਸ਼ਟ ਚੱਲੇ 16 ਸਾਲ ਉੱਥੇ ਬੈਠ ਕੇ ਔਰ ਉਸੇ ਤਰ੍ਹਾਂ ਹੀ ਜੇਲ੍ਹ ਵਿੱਚ ਜੋ ਉਹਨਾਂ ਨੇ ਕੀਤਾ ਉਹ ਤਾਂ ਤੁਸੀਂ ਸਾਰੇ ਜਾਣਦੇ ਹੋ ਕਿ ਕਿਵੇਂ ਉਹਨਾਂ ਦੀ ਜੇਲ੍ਹ ਯਾਤਰਾ ਵਿੱਚ ਕਈ ਘਟਨਾਵਾਂ ਜਿਹੜੀਆਂ ਐਸੀਆਂ ਵਰਤੀਆਂ ਜਿਹੜੀਆਂ ਉਹਨਾਂ ਦੀ ਅੰਤਰਜਾਮਤਾ ਜਾਂ ਉਹਨਾਂ ਦੀ ਕਮਾਈ ਦਾ ਸਾਨੂੰ ਪਤਾ ਲੱਗਦਾ ਹੈ ਕਿ ਹੁਣ ਜਿਵੇਂ ਉਹਨਾਂ ਦੇ ਨਾਲ ਦੇ ਜਿੰਨੇ ਸਿੰਘ ਹੁੰਦੇ ਸੀ ਉਹਨਾਂ ਨੂੰ ਤਾਂ ਉਹ ਧਿਆਨ ਰੱਖਦੇ ਸੀ ਕਿ ਉਹਨਾਂ ਦਾ ਖਾਣ ਪੀਣ ਦਾ ਜਿਹੜਾ ਸਾਰਾ ਨਾ ਉਹ ਠੀਕ ਚੱਲਦਾ ਰਹੇ, ਆਪਣਾ ਜਿਹੜਾ ਨਾ ਆਪਣਾ ਉਹਨਾਂ ਨੇ ਪੱਕਾ ਰੱਖਿਆ ਸੀ ਕਿ ਮੈਂ ਆਪ ਹੀ ਆਪਣਾ ਲੰਗਰ ਬਣਾਉਣਾ ਜਾਂ ਅੰਮ੍ਰਿਤਧਾਰੀ ਹੀ ਬਣਾ ਕੇ ਦਿਉ ਜਿਹੜਾ ਤਾਂ ਮੈਂ ਛਕਣਾ, ਅਤੇ ਇਸ ਤਰ੍ਹਾਂ ਸਾਡੇ ਛਕਣ ਛਕਾਉਣ ਦਾ ਜਾਂ ਅੱਜ ਦੇ ਆਪਣੇ ਸਧਾਰਨ ਤੌਰ 'ਤੇ ਅਸੀਂ ਆਪਣੇ ਵਿੱਚ ਕਈ ਵਾਰ ਸਰਬਰੋਧੀ ਗੱਲ ਜਾਂ ਵਿਵੇਕ ਦੀ ਗੱਲ ਜਾਂ ਦੂਸਰੀਆਂ ਕਈ ਗੱਲਾਂ ਚੱਲਦੀਆਂ ਨੇ ਅਤੇ ਇਹਦੇ ਵਿੱਚ ਅਸੀਂ ਕਈ ਵਾਰ ਰੀਸਾਂ ਕਰਦੇ ਹਾਂ ਕਿ ਅਸੀਂ ਉਸ ਤਰ੍ਹਾਂ ਦਾ ਹੋ ਕੇ ਅਤੇ ਅਸੀਂ ਵੀ ਕਰੀ, ਪਰ ਜੋ ਭਾਈ ਸਾਹਿਬ ਦੀ ਕਮਾਈ ਔਰ ਜੋ ਉਹਨਾਂ ਦੀ ਸਪਿਰਿਟ ਜੋ ਉਹਨਾਂ ਦੇ ਅੰਦਰ ਸਿਮਰਨ ਦੀ ਰੋ ਜੋ ਜਿਸ ਤਰ੍ਹਾਂ ਸੱਚੇ ਪਾਤਸ਼ਾਹ ਨੇ ਚਲਾਈ ਉਹਦੇ ਮੁਤਾਬਕ ਜਿਉਂ ਉਹ ਜੇਲ੍ਹ ਵਿੱਚ ਬੈਠੇ ਨੇ ਅਤੇ ਉਹਨਾਂ ਦਾ ਕਾਲ ਕੋਠੀਆਂ ਵਿੱਚ ਬੈਠ ਕੇ ਸਿਮਰਨ ਤੋਂ ਸਿਵਾਏ ਬਾਣੀ ਤੋਂ ਸਿਵਾਏ ਉਹਨਾਂ ਦਾ ਕੋਈ ਆਧਾਰ ਬਾਕੀ ਰਿਹਾ ਹੀ ਨਹੀਂ, ਅਤੇ ਜਦੋਂ ਉਹਨਾਂ ਨੂੰ ਇਸ ਤਰ੍ਹਾਂ ਥਾਂ ਪਰ ਥਾਂ ਜਾ ਕੇ ਵੱਖਰੀਆਂ ਵੱਖਰੀਆਂ ਜੇਲ੍ਹਾਂ 'ਚ ਕਸ਼ਟ ਝੱਲਣੇ ਪਏ ਅਤੇ ਇੱਕ ਵਾਰ ਉਹਨਾਂ ਨੂੰ ਐਸਾ ਮੌਕਾ ਮਿਲਿਆ ਅਤੇ ਉਹਨਾਂ ਨੇ ਭੁੱਖੜ ਧਾਰ ਰੱਖ ਦਿੱਤੀ, ਡਾਕਟਰੀ ਤੌਰ 'ਤੇ ਸਿਹਤ ਵੀ ਉਹਨਾਂ ਦੀ ਡਾਊਨ ਹੋ ਗਈ ਔਰ ਜਦੋਂ 8-10 ਦਿਨ ਲੰਘ ਗਏ ਅਤੇ ਬਾਕੀ ਸਿੰਘਾਂ ਦਾ ਉਹਨਾਂ ਨੇ ਪ੍ਰਬੰਧ ਕਰਤਾ ਉਹਨਾਂ ਨੂੰ ਖਾਣ ਪੀਣ ਦਾ, ਇੱਕ ਸਿੰਘ ਨਾਲ ਉਹਨਾਂ ਦੇ ਦੂਜੀ ਕੋਠੜੀ ਵਿੱਚ ਸੀ, 8-8 ਦਿਨਾਂ ਬਾਅਦ ਉਹਨੇ ਸਵੇਰ ਉੱਤੋਂ ਆਈ ਅਤੇ ਕਹਿਣ ਲੱਗਾ ਭਾਈ ਸਾਹਿਬ ਜੀ ਅੱਜ ਤੁਹਾਨੂੰ ਨਾ ਕਈ ਤਰ੍ਹਾਂ ਦੇ ਫਰੂਟ ਜਿਹੜੇ ਨਾ ਉਹ ਮਿਲ ਜਾਣੇ ਆ, ਉਹ ਭਾਈ ਸਾਹਿਬ ਉਹਨੂੰ ਨਾ ਉਸੇ ਓਏ ਤੈਨੂੰ ਕਿੱਥੋਂ ਇਹ ਜਿਹੜੀ ਆ ਇਲਹਾਮ ਤੈਨੂੰ ਆਉਣਾ ਸ਼ੁਰੂ ਕਰ ਗਿਆ, ਤੈਨੂੰ ਕਿੱਥੋਂ ਪਤਾ ਲੱਗ ਗਿਆ, ਇਹਦਾ ਤੂੰ ਕਹਿੰਦੇ ਚੁੱਪ ਨਹੀਂ ਕਰ ਸਕਦਾ, ਭਾਈ ਸਾਹਿਬ ਨੂੰ ਵੀ ਪਤਾ ਸੀ ਕਿ ਉਹਨਾਂ ਨੂੰ ਉਹ ਫਰੂਟ ਜਿਹੜੇ ਨੇ ਉਹ ਮਿਲ ਜਾਣੇ ਪਪੀਤਾ, ਉਹ ਫਿਰ ਤੈਨੂੰ ਕਿੱਥੋਂ ਅੰਤਰਜਾਮਤਾ ਹੋਣੀ ਸ਼ੁਰੂ ਹੋ ਗਈ ਆ, ਚੁੱਪ ਕਰਕੇ ਬੈਠਾ ਕਰ, ਫਿਰ 5-7 ਦਿਨ ਫਿਰ ਲੰਘੇ ਅਤੇ ਫਿਰ ਬੋਲ ਪਿਆ ਭਾਈ ਸਾਹਿਬ ਅੱਜ ਤੁਹਾਨੂੰ ਇੱਕ ਚਿੱਟੀ ਗਊ ਮਿਲ ਜਾਣੀ ਆ ਦੁੱਧ ਚੋਣ ਵਾਸਤੇ, ਤੈਨੂੰ ਕਿਹਾ ਚੁੱਪ ਕਰ ਰਿਹਾ ਕਰ, ਤੈਨੂੰ ਕਿੱਥੋਂ ਅੰਤਰਜਾਮਤਾ ਹੁੰਦੀ ਆ ਤੂੰ ਚੁੱਪ ਨਹੀਂ ਕਰਦਾ, ਇਹਦਾ ਮਤਲਬ ਹੈ ਕਿ ਭਾਈ ਸਾਹਿਬ ਜਾਣਦਿਆਂ ਹੋਇਆਂ ਵੀ ਫਿਰ ਵੀ ਆਪਣੇ ਅੰਦਰ ਕਿੰਨਾ
धीरज किन्ना हौसला किन्ना सी दूसरे सिंघां दा सारा खाण पीण दा प्रबंध करके आप सिर्फ अदा हर उन्होंने नाम का ही बनाया होया सी ताइयां तो जिहड़ा पादरी आण के जदों कहण लगा वी तुसीं इस काल कोठड़ी च कल्ले बहिंदे हुंदे ते गुरु कहिंदे मैं तां कल्ला है ही नहीं गुरु मेरा मेरे नाल है अच्छा चलो परे तुसीं मैं बैठना इत्थे ਉਹ ਅੱਧਾ ਘੰਟਾ ਨਹੀਂ ਉੱਥੇ ਬੈਠ ਸਕਾ ਇੱਥੇ ਕਹਿੰਦਾ ਮੈਂ ਬਾਹਰ ਕੱਢੋ ਭਾਈ ਸਾਹਿਬ ਦੀਆਂ ਰੀਸਾਂ ਜਾਂ ਗੁਰੂ ਕੇ ਪਿਆਰਿਆਂ ਦੀਆਂ ਰੀਸਾਂ ਜਾਂ ਗੁਰੂ ਕੇ ਸਿਮਰਨ ਵਾਲੀਆਂ ਰੂਹਾਂ ਦੀਆਂ ਆਪਾਂ ਜੇ ਰੀਸਾਂ ਕਰੀਏ ਰੀਸਾਂ ਨਹੀਂ ਕਰ ਸਕਦੇ ਹਾਂ ਉਹਨਾਂ ਦੇ ਪਾਏ ਪੂਰਨੇ ਹੱਥੇ ਚੱਲ ਕੇ ਉਹਨਾਂ ਵਾਂਗ ਆਪਣੇ ਜੀਵਨ ਨੂੰ ਆਪਣੇ ਸਿਮਰਨ ਵੱਲ ਪਾਸੇ ਲਾ ਕੇ ਬਾਣੀ ਵਾਲੇ ਪਾਸੇ ਲਾ ਕੇ ਆਪਣੇ ਜੀਵਨ ਵਿੱਚ ਉਹਨਾਂ 'ਤੇ ਸੇਧ ਲੈ ਕੇ ਥੋੜ੍ਹਾ ਬਹੁਤਾ ਆਪਾਂ ਆਪਣੇ ਜੀਵਨ ਦਾ ਸੁਧਾਰ ਕਰ ਸਕਦੇ ਹਾਂ ਤਾਂ ਮੈਨੂੰ ਜਿੱਥੋਂ ਤੱਕ ਜਾਣ ਲੈ ਕੇ ਜਿਵੇਂ ਸਰਬਲੋਕ ਦਾ ਵਿਵੇਕ ਦਾ ਇਹ ਸਾਰਾ ਕੁਛ ਨਾਮ ਸਿਮਰਨ ਨਾਲ ਹੀ ਚੱਲਦਾ ਜਿੰਨਾ ਚਿਰ ਸਿਮਰਨ ਨਹੀਂ ਹੈ ਸਾਡੇ ਅੰਦਰ ਉਨਾ ਚਿਰ ਸਾਡੇ ਵਿਵੇਕ ਸਾਡਾ ਸਿਮਰ ਚੀਜ਼ਾਂ ਜਿਹੜੀਆਂ ਨੇ ਉਹ ਵੀ ਜੇ ਸਾਡੇ ਕੋਲ ਸਿਮਰਨ ਹੋਵੇ ਵਿਵੇਕ ਹੋਵੇ ਨਾਮ ਵਿਵੇਕ ਹੋਵੇ ਤਾਂ ਆਟੋਮੈਟਿਕਲੀ ਸਾਡਾ ਜੀਵਨ ਉਸੇ ਤਰ੍ਹਾਂ ਦਾ ਢਾਲਿਆ ਜਾਂਦਾ ਅਸੀਂ ਉਸੇ ਤਰ੍ਹਾਂ ਦਾ ਸਾਨੂੰ ਸੰਗਤ ਮਿਲ ਜਾਂਦੀ ਆ ਕਿਉਂਕਿ ਪੁਰਾਣੇ ਸਿੰਘਾਂ ਦੀ ਗੱਲ ਹੈ ਕਿ ਸਾਡੇ ਇੱਕ ਸ਼ਾਇਦ ਤੁਸੀਂ ਜਾਣ ਦਿਓ ਪਲੇਟੀਅਰ ਹਰੀ ਸਿੰਘ ਹੁੰਦੇ ਸੀ ਪਲੇਟੀਅਰ ਹਰੀ ਸਿੰਘ ਉੱਥੇ ਸਾਡੇ ਧਾਰੀਵਾਲ ਆਣ ਕੇ ਲੱਗੇ ਅਤੇ ਉਹਨਾਂ ਦੇ ਨਾਲ ਜਾਣੇ ਹਜ਼ਾਰਾ ਸਿੰਘ ਅਤੇ ਭਾਈ ਈਸ਼ਰ ਸਿੰਘ ਜੀ ਧਾਰੀਵਾਲੇ ਭਾਈ ਬਾਵਰ ਸਿੰਘ ਜੀ ਵਾਲੇ ਅਤੇ ਹੋਰ ਪੁਰਾਣੇ ਸਿੰਘ ਉਹਨਾਂ ਨੇ ਅਖੰਡ ਪਾਠ 'ਤੇ ਸ਼ੁਰੂ ਕਰ ਦਿੱਤਾ ਜੀ ਅਖੰਡ ਪਾਠ ਸ਼ੁਰੂ ਹੋ ਗਿਆ ਜੀ ਅਤੇ ਅਖੰਡ ਪਾਠ ਵਿੱਚ ਹੁਣ ਭਾਈ ਸਾਹਿਬ ਦੀ ਤਾਂ ਗੱਲ ਹੋ ਰਹੀ ਹੈ ਵੱਖਰੀ ਹੈ ਉਹਨਾਂ ਦੇ ਨਾਲ ਜਿਹੜੇ ਸਿੰਘ ਸੀਗੇ ਉਹਨਾਂ ਦਾ ਜੀਵਨ ਵੀ ਕਿਸ ਤਰ੍ਹਾਂ ਦਾ ਸੀ ਅਤੇ ਅਖੰਡ ਪਾਠ ਸ਼ੁਰੂ ਹੋ ਗਿਆ ਜੀ ਅਖੰਡ ਪਾਠ ਦੇ ਕਮਰੇ ਵਿੱਚ ਸਾਰੇ ਸਿੰਘ ਜਾ ਕੇ ਬੈਠ ਗਏ ਪਾਠ ਸ਼ੁਰੂ ਕਰ ਹੋ ਗਿਆ ਪਾਠੀ ਸਿੰਘਾਂ ਨੇ ਪਾਠ ਸ਼ੁਰੂ ਕਰਤਾ ਉਹਨਾਂ ਨੇ ਸੁਣਨਾ ਸ਼ੁਰੂ ਕਰਤਾ ਇੱਕ ਪਾਸੇ ਸਾਡੇ ਦੋ ਤਿੰਨ ਸਿੰਘ ਸੀ ਚੰਗੇ ਤਕੜੇ ਵਿਚਾਰੇ ਉਹਨਾਂ ਨੇ ਲੰਗਰ ਸ਼ੁਰੂ ਕਰਤਾ ਹੁਣ ਮੈਂ ਦੇਖਿਆ ਵੀ ਲੰਗਰ ਵਾਲੇ ਪਾਸੇ ਬਹੁਤ ਘੱਟ ਜਾ ਰਹੇ ਨੇ ਸਾਰੇ ਉੱਥੇ ਹੀ ਜੁੜਦੇ ਜਾਂਦੇ ਆ ਪਾਠ ਵਿੱਚ ਹੀ ਬੱਝੀ ਜਾਂਦੇ ਆ ਔਰ ਉਹਨਾਂ ਨੂੰ ਜੇ ਕਦੇ ਜਾ ਕੇ ਕਹਿੰਦੇ ਵੀ ਭਾਈ ਸਾਹਿਬ ਜੀ ਕੋਈ ਲੰਗਰ ਛਕ ਲਓ ਤਾਂ ਉਹ ਬਸ ਕਦੇ ਤਾਂ ਕਹਿੰਦੇ ਵੀ ਛਕ ਰਹੇ ਹਾਂ ਅਤੇ ਕਦੇ ਅਸੀਂ ਛਕ ਲਿਆ ਜਿਹਨੂੰ ਮਾੜੀ ਮੋਟੀ ਕਿਤੇ ਲੋੜ ਪੈਂਦੀ ਆ ਉਹ ਜਾ ਕੇ ਮਤਲਬ ਜਿਵੇਂ ਥੋੜ੍ਹਾ ਬਹੁਤਾ ਆਹਾਰ ਕਰ ਹੋਇਆ ਅਤੇ ਉਸੇ ਤਰ੍ਹਾਂ ਹੀ ਉਹ ਲੈਂਦੇ ਰਹਿੰਦੇ ਅਤੇ ਇਸ ਤਰ੍ਹਾਂ ਦੀਆਂ ਉਹਨਾਂ ਦੀਆਂ ਬੱਚੀਆਂ ਸੀ ਥੋੜ੍ਹਾ ਬਹੁਤਾ ਉਹਨਾਂ ਦੇ ਨਾਲ ਜਿਹੜੇ ਹੁਣ ਅਮੋਲਕ ਸਿੰਘ ਉਹਨਾਂ ਨੇ ਜਿਹੜੀ ਗੱਲ ਸੁਣਾਈ ਹੋਈ ਆ ਉਹਦੇ ਵਿੱਚ ਆਪਣੇ ਵੀ ਭਾਈ ਸਾਹਿਬ ਨੇ ਇੱਕ ਵਾਰ ਅਖੰਡ ਪਾਠ ਸ਼ੁਰੂ ਕੀਤਾ ਅਤੇ ਜਦੋਂ ਉਸ ਕੋਈ ਕੰਢੀ ਗੱਲ ਸੁਣਾਈ ਵੀ ਉਹਨਾਂ ਨੇ ਲਿਆ ਕੇ ਅਤੇ ਮੈਂ ਕਿਹਾ ਵੀ ਇਹਨਾਂ ਸਪੀਕਰ ਲਾ ਦਿੰਦੇ ਹਾਂ ਅਤੇ ਕੁਝ ਇਸ ਵੇਲੇ ਲਾ ਕੇ ਸਾਰਾ ਫਿੱਟ ਫੁੱਟ ਕੀਤਾ ਅਤੇ ਉਹਨੂੰ ਜਿਸ ਵੇਲੇ ਆਉਣ ਕੀਤਾ ਨਾ ਫਿਰ ਪਹਿਲਾਂ ਤਾਂ ਬਾਪੂ ਜੀ ਨੇ ਮਨਾ ਕੀਤਾ ਵੀ ਨਹੀਂ ਲਿਆਉਣਾ ਫਿਰ ਲਾਇਆ ਤਾਂ ਅਤੇ ਜਿਸ ਵੇਲੇ ਲਿਆ ਕੇ ਆਨ ਕੀਤਾ ਅਤੇ ਉਹ ਸਾਰੀ ਬੈਟਰੀ ਸਭ ਕੁਛ ਸਭ ਕੁਛ ਛੱਡ ਗਿਆ ਉਹ ਕੀਤਾ ਹੀ ਉਹਨਾਂ ਦਾ ਵਿਚਾਰੇ ਦਾ ਨੁਕਸਾਨ ਦੇਖ ਲਿਆ ਤੂੰ ਆਖਿਆ ਹੀ ਨਾ ਲੈ ਉਹਨਾਂ ਨੂੰ ਅਤੇ ਜਿਹੜੀ ਚੀਜ਼ ਉਹਨਾਂ ਦੇ ਅੰਦਰ ਜੋ ਚੀਜ਼ ਉਹਨਾਂ ਦੀਆਂ ਕਥਾ ਕਹਾਣੀਆਂ ਜਾਂ ਜੀਵਨ ਦੀ ਰੋਹ ਜੋ ਉਹਨਾਂ ਦੇ ਅੰਦਰ ਚੜ੍ਹਦੀ ਸੀ ਜਾਂ ਸਭ ਤੋਂ ਵੱਡੀ ਗੱਲ ਤਾਂ ਉਹਨਾਂ ਦੀਆਂ ਕਿਤਾਬਾਂ ਪੜ੍ਹਦਿਆਂ ਪੜ੍ਹਦਿਆਂ ਹੀ ਸਿਮਰਨ ਚੱਲਦਾ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਇਤਨਾ ਬਖਸ਼ਿਸ਼ ਵਾਲਾ ਉਹਨਾਂ ਦਾ ਜੀਵਨ ਸੀ ਜਿਉਂ ਜਿਉਂ ਤੁਸੀਂ ਉਹਨਾਂ ਨੂੰ ਪੜ੍ਹੋਗੇ ਜਿਉਂ ਜਿਉਂ ਸੰਗਤ ਕਰੋਗੇ ਤਿਉਂ ਤਿਉਂ ਸਾਨੂੰ ਹੋਰਦਾ ਹੋਰ ਹੋਰਦਾ ਹੋਰ ਹੋਰਦਾ ਹੋਰ ਕਿਸਮ ਵਿੱਚ ਲੱਗਦਾ ਹੈ ਭਾਈ ਸਾਹਿਬ ਦੀ ਸਪਿਰਿਟ ਬਾਰੇ ਇੱਕ ਵਾਰੀ ਫਿਰ ਗੱਲ ਕਰਨੀ ਸੀ ਜਿਹੜੀ ਆਪ ਜੀ ਨੇ ਗੱਲ ਕੀਤੀ ਨਾ ਵੀ ਭੁਖੜਤਾਲ ਦੀ ਉਹ ਜਦੋਂ ਜੇਲ੍ਹ ਅਫਸਰ ਨੇ ਆ ਕੇ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਭੁਖੜਤਾਲ ਕੀਤੀ ਹੈ ਕਹਿੰਦੇ ਮੈਂ ਕੋਈ ਭੁਖੜਤਾਲ ਨਹੀਂ ਕੀਤੀ ਭਾਈ ਸਾਹਿਬ ਨੇ ਇਸ ਇਸ ਕਨਸੈਪਟ ਵਿੱਚ ਡੀਲ ਕਰਦੇ ਸੀ ਵੀ ਭੁਖੜਤਾਲ ਭੁਖੜਤਾਲ ਨਹੀਂ ਹਾਂ ਉਹ ਕਹਿੰਦੇ ਤਾਂ ਸੁਭਾਵਕ ਹੀ ਜਿਹੜੇ ਜੋ ਮੈਂ ਛਕਦਾ ਉਹ ਹੈ ਨਹੀਂ ਸਮਾਂ ਨਹੀਂ ਛੱਕ ਰਿਹਾ ਇਹ ਨਹੀਂ ਵੀ ਮੈਂ ਕੋਈ ਐਜੂਟੇਸ਼ਨ ਕੀਤੀ ਹੈ ਵੀ ਮੈਂ ਕੋਈ ਮੰਗ ਰੱਖੀ ਹੈ ਜਾਂ ਭੁਖੜਤਾਲ ਕੀਤੀ ਹੈ ਭਾਈ ਸਾਹਿਬ ਨੇ ਇੱਥੋਂ ਤੱਕ ਆਪਣੇ ਦਾਸ ਦੇ ਕਿਉਂ ਨਾ ਜਾ ਚੁੱਕਿਆ ਬੁੱਕ ਨਹੀਂ ਲਿਆ ਸਕਿਆ ਮਿਸ਼ਨਰੀ ਜੀ ਨੇ ਪੜ੍ਹ ਕੇ ਸੁਣਾਉਣੀ ਸੀ ਸਿੰਘਾਂ ਦਾ ਪੰਥ ਨਿਰਾਲਾ ਉਹਦੇ ਵਿੱਚ ਉਹਨਾਂ ਨੇ
ਇੱਥਾਂ ਜ਼ਿਕਰ ਕੀਤਾ ਸੀ ਜਿਹੜੇ ਪੰਜਾਬੀ ਸੂਬੇ ਦੀ ਮੰਗ ਐਜੀਟੇਸ਼ਨ ਹੋਈ ਸੀ ਅਤੇ ਉਹਦੇ ਵਿੱਚ ਵੀ ਭਾਈ ਸਾਹਿਬ ਨੇ ਕਿਹਾ ਸੀ ਵੀ ਇਹ ਖਾਲਸੇ ਨੂੰ ਕੀ ਲੋੜ ਪਈ ਹੈ, ਖਾਲਸੇ ਨੇ ਤਾਂ ਸਾਰੀ ਦੁਨੀਆਂ ਦਾ ਰਾਜ ਦਿੱਤਾ ਅਤੇ ਇਹ ਪੰਜਾਬੀ ਸੂਬੇ ਪਿੱਛੇ ਖਾਲਸਾ ਤੇ ਕੱਲਾ ਕੱਲਾ ਰਾਜਾ ਹੈ, ਉਹਦੇ ਅੰਦਰ ਸਾਰਾ ਰਾਜ ਚੱਲਦੇ ਆ, ਉਹ ਹਨੇਰੀ ਰਾਜ ਚੱਲਦੇ ਆ, ਸਭ ਸੇਵੇ ਦਿਨ ਰਾਜ ਦੀ ਦੇਖਾਂ ਰਾਜ ਚਾਹੇ ਸਭ ਛੁੱਟੀ ਆ ਆਪੇ ਪਾਏ ਥਾ ਹੁਣ ਹੁਕਮ ਹੋਵਾ ਮਿਹਰਬਾਨ ਦਾ ਕੋਈ ਨਾ ਕਿਸੇ ਨੇ ਜਾਣਦਾ ਸਭ ਸਿਖਾਲੀ ਉੱਠੀਆ ਇਹ ਹੋਵਾ ਹਲੇਮੀ ਰਾਜ ਜੀ ਹਲੇਮੀ ਰਾਜ ਤਾਂ ਹੁਣ ਸਾਡੇ ਅੰਦਰ ਹੀ ਚੱਲਣਾ ਨੇ ਜਦੋਂ ਆਪਾਂ ਸਿਮਰਨ ਕਰਾਂਗੇ ਸਾਰਿਆਂ ਨੂੰ ਇੱਕੋ ਜਿਹਾ ਵੇਖਾਂਗੇ ਹਲੇਮੀ ਰਾਜ ਹੀ ਰਾਜ ਉਹ ਇੱਦਾਂ ਇੱਕ ਤਾਂ ਲਿਖਿਆ ਸੀ ਨਾ ਬਾਬੂ ਜੀ ਨੇ ਪੁੱਛਿਆ ਕਿ ਤੁਹਾਨੂੰ ਜੱਬਲ ਪੁੱਟੀ ਪਤਾ ਨਹੀਂ ਕਰ ਲਿਆ ਪਤਾ ਨਹੀਂ ਉੱਥੇ ਕਿਸੇ ਨੇ ਪੁੱਛਿਆ ਵੀ ਖਾਲਸਾ ਰਾਜ ਤੁਸੀਂ ਰੋਜ਼ ਅਰਦਾਸ ਵਿੱਚ ਕਹਿੰਦੇ ਹਾਂ ਅਤੇ ਖਾਲਸਾ ਰਾਜ ਕਦੋਂ ਨਹੀਂ ਹੋਵੇ ਕਹਿੰਦੇ ਖਾਲਸਾ ਲਿਆਓ ਤਾਂ ਸਹੀ ਇੱਕ ਹੁਣੇ ਦੱਸ ਦਿੰਦੇ ਹਾਂ ਮਾਰਿਆ ਤਾਂ ਹੁਣੇ ਹੁਣੇ ਰਾਜ ਦੱਸ ਦਿੰਦੇ ਹਾਂ ਲਿਆਓ ਖਾਲਸਾ ਲਿਆਓ ਮੈਂ ਜਿਹੜਾ ਕਿਤਾਬਾਂ ਜਿਹੜੀਆਂ ਉਹਨਾਂ ਦੀ ਪੜ੍ਹੋ ਤੁਸੀਂ ਸਾਰਿਆਂ ਨੂੰ ਪੜ੍ਹਨੀ ਚਾਹੀਦੀ ਅਤੇ ਉਹ ਜਿਹੜੀਆਂ ਹੈਗੀਆਂ ਨੇ ਇੰਨੀਆਂ ਡੂੰਘੀਆਂ ਨੇ ਚੀਜ਼ ਜਿਹੜੀ ਉਹਨੂੰ ਤੁਸੀਂ ਇੱਕਦਮ ਦੇਖੋ ਆਪਾਂ ਨਾਵਲ ਜਿਹਾ ਪੜ੍ਹ ਲੈਂਦੇ ਉਸ ਤਰ੍ਹਾਂ ਨਹੀਂ ਬਣੀ ਜਾ ਸਕਦੀ ਫਿਰ ਨਾਲ ਗੁਰਬਾਣੀ ਗੁਰਬਾਣੀ ਤੋਂ ਬਿਨਾਂ ਤਾਂ ਕੁਛ ਹੈ ਹੀ ਨਹੀਂ ਜੀ ਹਰ ਇੱਕ ਚੀਜ਼ ਜਿਹੜੀ ਦੇ ਲੇਕਿਨ ਉਹਨਾਂ ਨੇ ਲਿਖੀਆਂ ਕਿਸ ਤਰ੍ਹਾਂ ਹੈ ਉਹ ਰੱਖ ਕੇ ਆਪਣਾ ਅੱਗੇ ਅੱਗੇ ਕਾਗਜ਼ ਰੱਖ ਕੇ ਆਪਣੇ ਦੂਸਰੇ ਪੇਪਰ ਲੈ ਲੈਣੇ ਹੈ ਜੀ ਪਹਿਲਾਂ ਤਾਂ ਜਦੋਂ ਜੇਲ੍ਹ ਸੀ ਉਦੋਂ ਤਾਂ ਉੱਥੇ ਉਹਨਾਂ ਨੂੰ ਮਿਲਦਾ ਨਹੀਂ ਸੀ ਅਖਬਾਰਾਂ ਜਿਹੜੀਆਂ ਆਉਂਦੀਆਂ ਸੀ ਉਹ ਵੀ ਲੈਣੇ ਅਖਬਾਰਾਂ ਦੇ ਉੱਤੇ ਹੀ ਲਿਖਣਾ ਸ਼ੁਰੂ ਕਰ ਇਹ ਉਹ ਰੱਖ ਕੇ ਲਿਖਣਾ ਸ਼ੁਰੂ ਕਰ ਲਿਆ ਆਪਣੇ ਕਿਤਾਬ ਦੀ ਕਿਤਾਬ ਜਿਹੜੀ ਸੀ ਐਡੀਆਂ ਡੂੰਘੀਆਂ ਚੀਜ਼ਾਂ ਔਰ ਟੁੱਟੀਆਂ ਯਾਨੀ ਆਪਣੇ ਚੀਜ਼ਾਂ ਜਿਹੜੀਆਂ ਤੁਸੀਂ ਪੜ੍ਹੋਗੇ ਤਾਂ ਤੁਹਾਨੂੰ ਪਤਾ ਲੱਗੂਗਾ ਕਿ ਯਾਨੀ ਕਿਸੇ ਹੁਣ ਅਸੀਂ ਇੱਕ ਮਾੜੀ ਜਿਹੀ ਚੀਜ਼ ਐਕਸਪਲੇਨ ਕਰਨੀ ਹੁੰਦੀ ਸਾਨੂੰ ਪਤਾ ਨਹੀਂ ਲੱਗਦਾ ਅਤੇ ਕਿਸ ਤਰ੍ਹਾਂ ਕਰਨਾ ਹੈ ਜੀ ਲੇਕਿਨ ਉਹਨਾਂ ਨੇ ਐਸਾ ਯਾਨੀ ਕੀਤਾ ਐਂ ਲੈ ਕੇ ਬਹਿ ਜਾਣਾ ਫਿਰ ਨਾਲ ਪਾਣੀ ਨਾਲ ਪਾਣੀ ਅਤੇ ਇਸ ਤਰ੍ਹਾਂ ਜਿਹੜੀ ਚੀਜ਼ਾਂ ਲਿਖ ਗਈਆਂ ਕੋਈ ਆਪਣਾ ਦੂਸਰਾ ਨਾਲ ਦਾ ਕੋਈ ਆਪਣਾ ਦੂਸਰਾ ਆਪਣਾ ਹੈਲਪ ਵਾਸਤੇ ਜਾਂ ਕੋਈ ਦੂਸਰਾ ਕਰਨ ਵਾਸਤੇ ਆਪਣਾ ਅਖਬਾਰਾਂ ਅਸੀਂ ਪਹਿਲਾਂ ਕੁਛ ਕੁਛ ਚੀਜ਼ਾਂ ਪ੍ਰਦਾਨ ਕੀਤੀਆਂ ਸੀ ਉਹਨਾਂ ਦੀਆਂ ਜਦੋਂ ਪਹਿਲੀ ਬਰਸੀ ਮਨਾਈ ਹੈ ਨਾ ਜੀ ਅਤੇ ਉਦੋਂ ਉਹਨਾਂ ਦੇ ਕੜੇ ਅਤੇ ਦੂਸਰੇ ਹੋਰ ਅਸੀਂ ਸਗੋਂ ਮੈਂ ਤਾਂ ਬੇਨਤੀ ਕਰਦਾ ਹੁੰਦਾ ਵੀ ਜੇ ਕਿਸੇ ਆਦਮੀ ਨੂੰ ਕਿਸੇ ਨੂੰ ਪਤਾ ਹੈ ਵੀ ਉਹਨਾਂ ਦੀ ਕੋਈ ਚੀਜ਼ ਕੋਈ ਕਿਤੇ ਪਈ ਹੋਈ ਹੈ ਦੂਸਰੀ ਉਹ ਉਹਨਾਂ ਨੇ ਸੁਜੈਸਟ ਕੀਤਾ ਸੀ ਵੀ ਆਪਣਾ ਉੱਥੇ ਮਿਊਜ਼ੀਅਮ ਬਣਾਓ ਤੁਸੀਂ ਲੁਧਿਆਣੇ ਹੈ ਜੀ ਅਤੇ ਉੱਥੇ ਚੀਜ਼ਾਂ ਜਿਹੜੀਆਂ ਨੇ ਇਹ ਅਸੀਂ ਕਲੈਕਟ ਕਲੈਕਟ ਕਰ ਰਹੇ ਹਾਂ ਉੱਥੇ ਤਾਂ ਕਿ ਉਹਨਾਂ ਦਾ ਜਿਹੜੀ ਚੀਜ਼ਾਂ ਅੱਛਾ ਉਹਦੇ ਵਿੱਚ ਉਹ ਜਦੋਂ ਆਪ ਤੁਹਾਨੂੰ ਮੈਂ ਦੱਸਿਆ ਅਖਬਾਰਾਂ ਵਾਲਾ ਅਖਬਾਰਾਂ ਪੁਰਾਣੀਆਂ ਲੈ ਕੇ ਉਹਦੇ ਉੱਤੇ ਹੀ ਲਿਖੀ ਜਾਣ ਕਵਿਤਾ ਲਿਖੀ ਗਏ ਸਾਰਾ ਉਹ ਕਿਤਾਬ ਬਣ ਗਈ ਏਡੀ ਵੱਡੀ ਜੋਤ ਵਿਕਾਸ ਉਸਦਾ ਨਾਂ ਹੈ ਪੜ੍ਹ ਕੇ ਵੇਖੋ ਹਾਂਜੀ ਉਹਦੀ ਵੋਕੈਬਲਰੀ ਜਿਹੜੀ ਆ ਉਹਦੇ ਆਪਣੀ ਹੋਈ ਹੈ ਸਿਰਫ ਨਾਮ ਦੇ ਆਸਰੇ ਉਹਨਾਂ ਦਾ ਸਾਰਾ ਕੁਛ ਲੇਖਣੀ ਵੀ ਬੋਲਣਾ ਵੀ ਕਹਿਣਾ ਵੀ ਸੁਣਨਾ ਵੀ ਨਾਮ ਹੀ ਨਾਮ ਸੀ ਸਾਡੇ ਆਪਣੇ ਵਿਗਿਆਨੀ ਹੋ ਜਾਂਦੇ ਹੁੰਦੇ ਸੀਗੇ ਗਿਆਨੀ ਭਗਤ ਸਿੰਘ ਜਿੱਥੇ ਮੈਂ ਪੜ੍ਹਦਾ ਸੀ ਉੱਥੇ ਸੀਗੇ ਉਹ ਭਾਈ ਸਾਹਿਬ ਨੂੰ ਮਿਲਣ ਚੱਲ ਗਏ ਜੀ ਨਾ ਇਹ ਉਹ ਗੱਲ ਹੋਰ ਆ
ਕੋਈ ਮਿਲਣ ਉਹਨਾਂ ਨੂੰ ਆਇਆ ਉਹਨਾਂ ਨੂੰ ਹੈ ਉਹਨਾਂ ਗਿਆਨੀ ਭਗਤ ਸਿੰਘ ਉਹ ਵੀ ਮਿਲਣ ਆਏ ਸੀਗੇ ਉਹਨਾਂ ਨੂੰ ਅਤੇ ਉਹ ਹੁਣ ਕਹਿੰਦੇ ਉਹਨਾਂ ਨੂੰ ਕੋਈ ਪੁੱਛਿਆ ਉਹਨਾਂ ਨੂੰ ਸਵਾਲ ਪੁੱਛਿਆ ਅਤੇ ਕਹਿੰਦੇ ਮੈਂ ਕੌਣ ਆ ਕਹਿੰਦੇ ਮੈਂ ਤਾਂ ਤੁਹਾਨੂੰ ਐਜ ਏ ਸਿੱਖ ਜਾਣੀ ਉਹ ਮੈਂ ਸਿੱਖ ਉਹ ਆਪਣਾ ਤਾਂ ਸਿੱਖ ਵੀ ਨਹੀਂ ਮੰਨਦੇ ਆਪਣੇ ਆਪ ਨੂੰ ਇਹਦੀ ਗਰੀਬੀ ਹੈਗੀ ਅਤੇ ਉਹ ਜਿਹੜਾ ਦੂਸਰਾ ਆਇਆ ਇੱਕ ਆਇਆ ਬੰਦਾ ਉਹਨਾਂ ਨੂੰ ਮਿਲਣਾ ਉੱਥੇ ਅਤੇ ਉਹ ਕਹਿਣ ਲੱਗਾ ਜੀ ਤੁਸੀਂ ਵੀ ਗਰੇਵਾਲ ਅਤੇ ਮੈਂ ਵੀ ਗਰੇਵਾਲ ਆ ਕੇ ਜੀ ਆਪਣਾ ਜਨਾਉਣ ਲੱਗਾ ਵੀ ਮੈਂ ਤੁਹਾਡੇ ਅਤੇ ਗਰੇਵਾਲ ਇਹਦੀਆਂ ਛੋਟੀ ਛੋਟੀ ਜਾਤਾਂ ਪਾਲਾ ਜਗਜੀਤ ਸਿੰਘ ਇਹਦੇ ਵਿੱਚ ਉਹ ਉਸ ਨੇ ਤਾਂ ਇਸਦਾ ਸਹਾਰਾ ਲੈਣਾ ਚਾਹਿਆ ਪਰ ਨਹੀਂ ਇਹਨਾਂ ਦਾ ਕੋਈ ਸਹਾਰਾ ਉਹਦਾ ਸਹਾਰਾ ਤਾਂ ਬਸ ਉੱਪਰਲਾ ਸੀ ਬੜਾ ਉੱਚਾ ਸੀ ਉਹਨਾਂ ਨੇ ਕਦੇ ਆਪਣੇ ਆਪ 'ਤੇ ਲਿਆ ਨਹੀਂ ਹਮੇਸ਼ਾ ਪੰਜਾਂ ਪਿਆਰਿਆਂ ਵੱਲ ਠੀਕ ਹਾਂ ਪੰਜਾਂ ਪਿਆਰਿਆਂ ਦੇ ਹਾਂ ਚਲੋ ਭਾਈ ਤੇਜਾ ਸਿੰਘ ਆਪਣੇ ਜਿਹੜੇ ਡਬਲ ਐਮ ਏ ਜਿਹੜੇ ਸੀਗੇ ਹਾਂਜੀ ਅਤੇ ਉਹ ਹਾਰਵਰਡ ਵੀ ਆਏ ਨੇ ਇੰਟਰਨੈਸ਼ਨਲ ਆਪਣਾ ਉਹਨਾਂ ਦਾ ਵੀ ਉਹਨਾਂ ਨੇ ਆਪਣਾ ਇਹਨਾਂ ਨੂੰ ਇਨਵੀਟੇਸ਼ਨ ਗਈ ਉੱਥੇ ਇੰਡੀਆ ਦੇ ਵਿੱਚ ਵੀ ਸਿੱਖਾਂ ਦੇ ਮਦਦ ਵਾਸਤੇ ਸਾਨੂੰ ਕੋਈ ਚਾਹੀਦਾ ਹੈ ਰਿਪ੍ਰੈਜੈਂਟ ਕਰਨ ਵਾਸਤੇ ਅਤੇ ਉਹ ਫਿਰ ਜਿਹੜੀ ਰਿਕੁਐਸਟ ਸੀ ਉਹ ਬਾਬੇ ਅਤਰ ਸਿਮਰ ਕੋਲ ਹੈ ਜੀ ਵੀ ਤੁਸੀਂ ਦੱਸੋ ਕਿ ਪੇਟ ਕਿਹਨੂੰ ਆਪਾਂ ਲਿਜਾਈਏ ਅੱਛਾ ਉਹ ਉਹਨਾਂ ਬਾਬੇ ਅਤਰ ਸਿੰਘ ਹੋਰਾਂ ਨੇ ਆਖਿਆ ਸਾਡੇ ਕੋਲ ਆ ਗਿਆ ਕਿ ਡਬਲ ਐਮ ਏ ਪੜਿਆ ਹੈ ਜੀ ਤੇਜਾ ਸਿੰਘ ਜੀ ਅਤੇ ਇਹਨਾਂ ਨੂੰ ਕਿਹਾ ਤਿਆਰ ਕਰ ਇਹ ਜਾਣ ਗਏ ਉਹ ਜਾਣ ਉਹਨਾਂ ਦੀ ਸਿਲੈਕਸ਼ਨ ਹੋ ਗਈ ਜਿਸ ਤਰ੍ਹਾਂ ਬਾਬਾ ਅਤਰ ਸਿੰਘ ਜੀ ਹੋ ਗਏ ਉਹ ਵੀ ਆਪਣੇ ਪਹੁੰਚੇ ਅੱਸੀ ਤੱਕ ਅਤੇ ਫਿਰ ਜਦੋਂ ਜਾਣ ਲੱਗੇ ਤੇਜਾ ਸਿੰਘ ਜੀ ਅਤੇ ਉਹਨਾਂ ਕੋਲ ਕਹੇ ਆਪਣਾ ਬਾਬਾ ਅਤਰ ਸਿੰਘ ਕੋਲ ਵੀ ਮੈਂ ਹੁਣ ਤਿਆਰੀ ਕਰਨ ਲੱਗੀ ਹਾਂ ਜੀ ਅਤੇ ਹੁਣ ਜਾਣਾ ਅਤੇ ਤੁਸੀਂ ਅਰਦਾਸ ਭਾਈ ਸਾਹਿਬ ਕੋਲ ਜਾ ਕੇ ਅਰਦਾਸ ਕਰੋ ਆਓ ਅੱਛਾ ਹੈ ਜੀ ਅੱਛਾ ਅਤੇ ਉਹ ਆ ਗਏ ਉੱਥੇ ਅੱਛਾ ਉਹਨਾਂ ਨੂੰ ਕਹਿੰਦੇ ਕਹੀ ਅਗਰ ਤੁਸੀਂ ਬੁਲਾ ਕੇ ਕਿਸ ਤਰ੍ਹਾਂ ਆਇਆ ਵੇ ਕਹੇ ਜੀ ਮੈਂ ਮੈਂ ਮੇਰਾ ਇਸ ਤਰ੍ਹਾਂ ਤਰ੍ਹਾਂ ਜਾਣਾ ਬਾਹਰ ਅਤੇ ਤੁਸੀਂ ਮੇਰੇ ਵਾਸਤੇ ਅਰਦਾਸ ਕਰੋ ਹੈ ਜੀ ਮੈਂ ਕੌਣ ਅਰਦਾਸ ਕਰ ਉਹ ਕਹਿੰਦਾ ਜੀ ਮੈਨੂੰ ਨਹੀਂ ਪਤਾ ਮੈਂ ਤਾਂ ਜਿਸ ਤਰ੍ਹਾਂ ਬਾਬੇ ਆਦਰ ਸਿੰਘ ਹੋਰਾਂ ਨੇ ਭੇਜਿਆ ਹੈ ਜੀ ਅਤੇ ਉਹ ਤਾਂ ਮੈਂ ਤਾਂ ਤੁਹਾਡੇ ਕੋਲ ਤਾਂ ਆ ਗਿਆ ਹੈ ਜੀ ਅੱਛਾ ਅਤੇ ਉਹਨੇ ਮੈਨੂੰ ਕਿਹਾ ਵੀ ਅਰਦਾਸ ਜਾ ਕੇ ਉਸਨੂੰ ਕਰ ਅੱਛਾ ਉਹਨਾਂ ਭੇਜਿਆ ਪੰਜ ਸਿੰਘ ਇਕੱਠੇ ਕਰੋ ਪੰਜ ਸਿੰਘ ਇਕੱਠੇ ਕੀਤੇ ਫਿਰ ਅਰਦਾਸ ਕੀਤੀ ਇਸੇ ਤਰ੍ਹਾਂ ਜਦੋਂ ਸਾਡਾ ਸਿੰਘ ਸਭਾ ਗੁਰਦੁਆਰਾ ਬਣਿਆ ਉਦੋਂ ਵੀ ਇਸੇ ਤਰ੍ਹਾਂ ਹੋਈ ਕੋਈ ਕੋਈ ਕਿਸੇ ਨੂੰ ਆਖੇ ਕੋਈ ਕਿਸੇ ਨੂੰ ਆਖੇ ਚਲੋ ਕਰੋ ਆਪਣਾ ਜਿਵੇਂ ਆਪ ਜੀ ਦੱਸਿਆ ਨਾ ਜੀ ਇਹ ਬਾਅਦ ਵਿੱਚ ਉਹੀ ਆਪਣਾ ਡਾਕਟਰ ਆਪਣਾ ਤੇਜਾ ਸਿੰਘ ਹੋਈ ਡਬਲ ਐਮ ਏ ਉਹਦੇ ਬਾਅਦ ਫਿਰ ਉਹ ਇੰਗਲੈਂਡ ਆਏ ਨੇ ਹਾਰਵਰਡ ਯੂਨੀਵਰਸਿਟੀ ਦੇ ਵਿੱਚ ਹਾਰਵਰਡ ਯੂਨੀਵਰਸਿਟੀ ਤੋਂ ਡਿਗਰੀ ਲਈ ਹੈ ਉਸ ਤੋਂ ਬਾਅਦ ਵਿੱਚ ਉਹ ਇੱਥੇ ਹਾਰਵਰਡ ਯੂਨੀਵਰਸਿਟੀ ਸਕੇ ਆਕਸਫੋਰਡ ਯੂਨੀਵਰਸਿਟੀ ਇੰਗਲੈਂਡ ਦੇ ਵਿੱਚ ਆ ਕੇ ਉੱਥੇ ਉਹਨਾਂ ਨੇ ਡਿਗਰੀ ਲਈ ਪਹਿਲੇ ਸਿੱਖ ਜੇ ਕਿਸੇ ਨੇ ਡਿਗਰੀ ਲਈ ਹੈਗੀ ਆ ਉਹ ਸੰਤ ਤੇਜਾ ਸਿੰਘ ਨੇ ਉੱਥੋਂ ਲਈ ਉਸ ਤੋਂ ਬਾਅਦ ਦੁਬਾਰਾ ਫਿਰ ਇੰਗਲੈਂਡ ਅਮਰੀਕਾ 'ਚ ਆ ਗਏ ਨੇ ਅਮਰੀਕਾ ਵਿੱਚ ਹਾਰਵਰਡ ਯੂਨੀਵਰਸਿਟੀ ਵਿੱਚ ਉੱਥੇ ਡਬਲ ਉਹਨਾਂ ਨੇ ਲਾਅ ਦੀ ਡਿਗਰੀ ਉੱਥੋਂ ਲਈ ਹਾਰਵਰਡ ਯੂਨੀਵਰਸਿਟੀ ਤੋਂ ਬਾਅਦ ਵਿੱਚ ਫਿਰ ਉਹ ਹੀ ਇੱਥੇ ਕੈਨੇਡਾ ਦੇ ਵਿੱਚ ਵੈਨਕੂਵਰ ਆਏ ਨੇ ਵੈਨਕੂਵਰ ਦੇ ਵਿੱਚ ਆ ਕੇ ਉੱਥੇ ਉਹਨਾਂ ਨੇ ਉਦੋਂ ਸਰੀ ਗੁਰਦੁਆਰੇ ਸਾਹਿਬ ਲੈ ਲਿਆ ਸੀਗਾ ਉਸ ਤੋਂ ਬਾਅਦ ਪਹਿਲੇ ਗੁਰਸਿੱਖ ਜੇ ਕਿਸੇ ਨੇ ਕਿੰਨਾ ਗਾ ਕੈਨੇਡਾ ਦੇ ਵਿੱਚ ਜੇ ਕੋਈ ਮਤਲਬ ਸਭ ਤੋਂ ਪਹਿਲੀ ਵੱਡੀ ਸੰਸਥਾ ਜੇ ਬਣਾਈ ਹੈ ਨਾ ਗੋਲਡ ਮਾਈਨ ਲਈ ਸੀਗੀ ਉਹ ਵੀ ਇਹਨਾਂ ਨੇ ਹੀ ਕਹਿ ਕੇ ਅਕਾਲ ਗੋਲਡ ਮਾਈਨ ਲਈ ਸੀਗੀ ਬਾਅਦ ਸਿੱਖਾਂ ਨੂੰ ਕੱਢ ਕੇ ਇਹਨਾਂ ਨੂੰ ਕੈਨੇਡਾ ਤੋਂ ਭੇਜ ਲੈਣਾ ਸੀਗਾ ਵਾਪਸ ਕਰਨਾ ਸੀਗਾ ਕਿਸੇ ਟਾਪੂ 'ਤੇ ਭੇਜਣ ਲੱਗੇ ਸੀਗੇ ਉਦੋਂ ਫਿਰ ਸੰਤ ਤੇਜਾ ਸਿੰਘ ਉਹਨਾਂ ਨੂੰ
ਬੁਲਾਇਆ ਗਿਆ ਸੀਗਾ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ। ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਜੇ ਕੋਈ ਪਹਿਲਾ ਸਿੱਖ ਗਿਆ ਹੈਗਾ ਤਾਂ ਉਹ ਸੰਤ ਤੇਜਾ ਸਿੰਘ ਮੁਰ ਗਏ ਨੇ ਡਬਲ ਐਮ ਏ। ਉਹਨਾਂ ਨੇ ਉੱਥੇ ਜਾ ਕੇ ਫਿਰ ਆਪਣਾ ਸਿੱਖਾਂ ਨੂੰ ਪ੍ਰੈਜੈਂਟ ਕੀਤਾ ਵੀ ਇਹ ਤਾਂ ਸਿੱਖ ਤਾਂ ਕੋਈ ਅੱਗੇ ਜਰਾਇਮ ਪੇਸ਼ਾ ਕੌਮ ਨਹੀਂ ਹੈਗੀ, ਇਹ ਤਾਂ ਸਿੱਖ ਧਾਰਮਿਕ ਬੰਦੇ ਨੇ। ਔਰ ਇੰਨੇ ਘੱਟ ਸਮਾਂ ਦੇ ਵਿੱਚ ਉਹਨਾਂ ਨੇ ਗੁਰਦੁਆਰਾ ਲਿਆ, ਸਿਮਰਨ ਭਜਨ ਬੰਦਗੀ ਕਰਦੇ ਨੇ। ਔਰ ਇਹ ਮਿਹਨਤੀ ਕੌਮ ਹੈ, ਇਹਨਾਂ ਨੇ ਇੱਕ ਅਕਾਲ ਗੋਲਡ ਮਾਈਨ ਵੀ ਲਈ ਹੋਈ ਹੈ। ਔਰ ਉਹ ਸਭ ਚੀਜ਼ਾਂ ਜਦੋਂ ਉੱਥੇ ਪਾਰਲੀਮੈਂਟ ਵਿੱਚ ਦੱਸੀਆਂ ਗਈਆਂ ਤਾਂ ਫਿਰ ਉਹਨਾਂ ਨੂੰ ਜਿਹੜਾ ਹੈਗਾ ਆਪਣਾ ਉਹ ਬਦਲੀ ਕਰਨਾ ਪਿਆ ਇਰਾਦਾ, ਵੀ ਸਿੱਖ ਜਰਾਇਮ ਪੇਸ਼ਾ ਕੌਮ ਨਹੀਂ, ਸਿੱਖ ਇਹ ਮਿਹਨਤ ਕਰਨ ਵਾਲੇ ਅਤੇ ਧਾਰਮਿਕ। ਮੇਰਾ ਮਤਲਬ ਤਾਂ ਸਿਰਫ ਇੰਨਾ ਹੀ ਸੀ। ਹਾਂ, ਸ਼ੁਰੂਆਤ ਉੱਥੋਂ ਹੋਈ ਸੀ, ਸ਼ੁਰੂਆਤ ਉੱਥੋਂ ਹੋਈ ਸੀ, ਅਰਦਾਸ ਭਾਈ ਸਾਹਿਬ ਨੇ ਕੀਤੀ ਸੀ ਕਿ ਉਹਨਾਂ ਦਾ ਭਾਈ ਸਾਹਿਬ ਜਿਹੜੇ ਸੀ ਨਾ ਕੱਲ੍ਹ ਜਿਹੜਾ ਕਿੱਥੇ ਅਰਦਾਸ ਕਰਨ ਦਾ, ਉਹਨਾਂ ਰਿਕੁਐਸਟ ਕੀਤੀ ਵੀ ਤੁਸੀਂ ਫਾਊਂਡੇਸ਼ਨ ਆਪਣਾ ਰੱਖੋ, ਆਪਣਾ ਸਿੰਘ ਸਭਾ ਗੁਰਦੁਆਰਾ ਜਾਣ ਨੂੰ ਧਿਆਨ ਆ ਗਿਆ ਨਹੀਂ ਭਾਈ ਸਿੰਘ ਬੁਲਾਓ ਨਹੀਂ। ਅੱਗੇ ਆਪ ਜੀ ਨੇ ਦੱਸਿਆ ਸੀ ਨਾ ਜੇ ਕੋਈ ਭਾਈ ਸਾਹਿਬ ਕੋਲ ਕੋਈ ਕੁਐਸਚਨ ਵੀ ਲੈ ਕੇ ਜਾਂਦਾ ਸੀ। ਤੁਸੀਂ ਗੁਰਦੁਆਰੇ ਆ ਜਾ ਸਿੰਘ ਸਭਾ ਗੁਰਦੁਆਰਾ ਜੋ ਕੀਰਤਨ ਹੁੰਦਾ ਸੀ ਉਹ ਜੋ ਸਵਾਲ ਸੀ ਉਹਦਾ ਜਵਾਬ ਸਾਰਾ ਸਾਰਾ ਉੱਥੇ ਲਿਖਾ। ਸੋ ਇਤਨਾ ਬਸ ਮਗਰ ਕੋਈ ਬਹੁਤਾ ਅਹਿਮੀਅਤ ਨਹੀਂ ਸੀ ਦਿੰਦੇ ਕਿਉਂਕਿ ਉਹਨਾਂ ਨੇ ਤਾਂ ਪਹਿਲਾਂ ਆਪਣਾ ਬਣਾ ਲਿਆ ਸੀ ਸਾਹਿਬ ਮੇਰਾ ਇੱਥੋਂ ਹੈ, ਹੋਰ ਕਿਸੇ ਦੀ ਉਹ ਲੀਡਰਸ਼ਿਪ ਨਹੀਂ ਰਿਕਮੈਂਡ ਕਰਦੇ ਸਿਵਾਏ ਪੰਜਾਂ ਪਿਆਰਿਆਂ ਨੇ। ਅਤੇ ਉਹ ਕਿਸੇ ਨੇ ਪਰ ਉਹਨਾਂ ਨੂੰ ਪੁੱਛਿਆ ਵੀ ਉਹ ਜਿਹੜਾ ਮਾਸਟਰ ਤਾਰਾ ਸਿੰਘ ਹੋਣੀ ਅਤੇ ਹੋਰ ਜਿਹੜੇ ਅਕਾਲੀ ਲੀਡਰ ਉਹਨਾਂ ਬਾਰੇ ਤੁਹਾਡਾ ਕੀ ਖਿਆਲ ਹੈ? ਉਹਨਾਂ ਦਾ ਤਾਂ ਸੀਗਾ ਵੀ ਕੁਛ ਦੱਸਣਗੇ ਕੁਛ, ਉਹਨਾਂ ਨੇ ਭਾਈ ਸਾਹਿਬ ਨੇ ਕਿਹਾ ਸਾਨੂੰ ਤਾਂ ਗੁਣ ਹੀ ਗੁਣ ਦਿੱਤੇ। ਅਤੇ ਉਹਦੇ ਵਿੱਚ ਇਹ ਲੇਖਕ ਨੇ ਦੱਸਿਆ ਵੀ ਭਾਈ ਸਾਹਿਬ ਜ਼ਰੂਰ ਜਿੱਥੇ ਕੋਈ ਗਲਤ ਗੱਲ ਹੋਵੇ ਉਹਦਾ ਜਵਾਬ ਦਿੰਦੇ ਸੀ, ਪਰ ਉਹ ਬੰਦੇ ਨੂੰ ਕੰਡਮ ਨਹੀਂ ਸੀ ਕਰਦੇ, ਉਹ ਗੁਣਾਂ ਦੀ ਸਾਂਝ ਫਿਰ ਵੀ ਪਾਈ ਰੱਖਦੇ ਸੀ। ਅਤੇ ਇਸੇ ਸਪਿਰਿਟ ਨਾਲ ਜੇ ਆਪਾਂ ਸਾਰੇ ਚੱਲੀਏ ਤਾਂ ਹੀ ਪੰਥ ਵਿੱਚ ਰਲ ਕੇ ਪੰਥਕ ਮਰਿਆਦਾ ਬਣੀ ਹੈ। ਪਹਿਲੀ ਮੀਟਿੰਗ ਉਹਨਾਂ ਨੇ ਅਟੈਂਡ ਕੀਤੀ ਹੈ ਹੈਨੀ, ਅਤੇ ਫਿਰ ਪੰਥ ਦੇ ਵਿੱਚ ਜਦੋਂ ਬਾਅਦ ਜਦੋਂ ਬਣੀ ਹੈ ਫਿਰ ਵੀ ਉਹ ਗਏ ਉਹ ਤੋਂ ਮਗਰੋਂ ਪਹਿਲੀ ਪੇਜ ਕੀ ਜਾਂਦੇ ਨੇ ਅਤੇ ਫਿਰ ਨਹੀਂ ਗਏ, ਫਿਰ ਬਾਹੂ ਜੀ ਵੀ ਜਾਂਦੇ ਰਹੇ ਮੀਟਿੰਗ ਉਹਨਾਂ ਨੂੰ ਭੇਜ ਦਿੰਦੇ। ਮਹਾਰਾਜਾ ਪਟਿਆਲਾ ਉਹ ਬਹੁਤ ਜ਼ਿਆਦਾ ਆਯਾਸ਼ ਬੰਦਾ ਸੀਗਾ ਅਤੇ ਉਹਨੂੰ ਕਹਿੰਦੇ ਭਾਈ ਸਾਹਿਬ ਦੀ ਅਵਸਥਾ ਬਾਰੇ, ਅਤੇ ਉਹ ਭਾਈ ਸਾਹਿਬ ਦੇ ਕੋਲ ਕੁਮਾਰ ਹੱਟੀ ਗਿਆ, ਉਹ ਭਾਈ ਸਾਹਿਬ ਜੀ ਸਮਾਧੀ 'ਚ ਬੈਠੇ ਸੀਗੇ, ਉਹ ਚਾਹੁੰਦਾ ਸੀਗਾ ਕਿ ਮੇਰੇ ਘਰ ਸਮਾਗਮ ਹੋ ਕੇ ਸੰਗ ਸਿੰਘ ਆਉਣ ਜਿੱਦਾਂ ਨਾ, ਮਗਰ ਭਾਈ ਸਾਹਿਬ ਪਤਾ ਸੀਗਾ ਉਹਦੇ ਕਰਮਾਂ ਬਾਰੇ ਭਾਈ ਸਾਹਿਬ ਨੂੰ ਪਤਾ ਸੀਗਾ। ਸਿੰਘ ਜਿਹੜਾ ਹੁਣ ਆਪਣੀ ਬਹੁਤ ਜਿੱਦਾਂ ਗੱਡੀਆਂ 'ਚ ਆਇਆ ਬਹੁਤ ਜਿੱਦਾਂ ਉਹਨਾਂ ਕੋਲ ਕਾਲੀ ਗੱਡੀਆਂ ਹੁੰਦੀਆਂ ਸਨ ਅਤੇ ਵਿੱਚ ਆਇਆ ਸਿੰਘ ਕਹਿੰਦੇ ਭਾਈ ਸਾਹਿਬ ਸਿੰਘ ਜਿਹੜਾ ਸਿੰਘ ਸਨ ਮੇਰੇ ਵਰਗੇ ਕਹਿੰਦੇ ਬਹੁਤ ਵੱਡਾ ਬੰਦਾ ਆ ਗਿਆ ਹੈਗਾ ਅਤੇ ਉਹਦੀ ਉਹਨੂੰ ਸਤਿਕਾਰ ਦੇਣੇ ਦਾ ਅੰਦਰ ਲੈ ਕੇ ਬਿਠਾਉਣਾ ਉਹਨੂੰ ਭਾਈ ਸਾਹਿਬ ਜੀ ਉਹ ਮਹਾਰਾਜਾ ਆਇਆ ਹੈ ਪਟਿਆਲੇ ਵਾਲਾ ਮਹਾਰਾਜਾ ਆਇਆ ਭਾਈ ਸਾਹਿਬ ਚੁੱਪ ਰਹੇ ਤੁਹਾਡੇ ਨਾਲ ਮਿਲਣਾ ਚਾਹੁੰਦਾ ਭਾਈ ਸਾਹਿਬ ਚੁੱਪ ਰਹੇ ਅਤੇ ਉਹ ਸਿੰਘ ਕਹਿੰਦਾ ਇੰਨਾ ਵੱਡਾ ਜਿਹੜਾ ਮਹਾਰਾਜਾ ਆਇਆ ਮਿਲਣ ਅਤੇ ਕਹਿੰਦੇ ਕਹਿੰਦੇ ਪਟਿਆਲਾ
ਬੰਦੇ ਆਦਮੀ ਨੇ
नाम जपण वाले किसी वड्डा नहीं अकाल पुरख नूं घट वड्डा मंदे ने या गुरू वड्डा मंदे ते जिवें डाक्टर साहब ने जो चापलूसी ना करके उन्हां नूं नाम सिमरन वास्ते प्रेरणा कीती इसे तरह दे नाल ही संत अतर सिंह होरां नूं जदों दिल्ली बुलाया गया सी मस्तवाण वालियां नूं भी उदों जॉर्ज पंचम दी वायसराय दी ताजपोशी सी इहनूं सद्या गया सीगा इन्हां ने कहा सीगा जिहड़े सिख है भी मतलब आओ सारे जाने तो अपने राजे महाराज सारे इकट्ठे करना से दिल्ली के तो जॉर्ज पंचम के ताशपोशी बड़े जो संत अतर सिंह होरी उत्थे गए ने तो महाराजा पटियाला महाराजा नाभा महाराजा जींद ये सारे महाराजा ने कोऑपरेशन की तो हाथियों के उत्तर जुलूस निकलिया पहली बार सिख धर्म के जो जुलूस गुरु ग्रंथ साहब जी की अगवाई हो नगर कीर्तन बाद कहना शुरू किया उदों उदों जुलूस कहा दिनों उस वे हाथियों के उपर गुरु ग्रंथ साहब प्रकाश करके पहले हाथी उपर सुनया जी बालकी के उपर फिर मखमली गद्दे लाल रंग का गुरु ग्रंथ साहब प्रकाश करके अर्जन सिंह होरी सी ज्ञानी अर्जन सिंह होरी वो सके महाराज ताबे बैठे से दूजे हाथी के उपर अपना पालकी नहीं सी उत्थे चादर के उपर संत अतर सिंह होरी आप बैठे से उस तो बाद कीर्तन किया उन्होंने जदों वायसराय के सामने लाल किले के सामने वो उपर चढ़े बैठा सी वायसराय तो अपना दरबार के दरवाजा लग्या जदों हाथियों के प्रयोग नगर कीर्तन गुरु ग्रंथ साहब के सुन जा रहा वो भी सारे हाथ जोड़े खड़े से तो संत अतर सिंह होना ने उदों फिर शब्द पढ़िया सीगा तू हर समान नहीं राजा तू हर समान नहीं राजा ए भूपत सबद बस चार के झूठो कर दवाजा कोई हर समान नहीं राजा इस दिन उच्चे दाना उन्होंने बाइक की गुरु ने उन्होंने आवाज ही इन्नी उच्ची सी कहते पांच पो तक दे कहते हैं मतलब ढाई पो इधर ढाई पो उधर किताबा जो लिखा है भी पांच पो तक उन्होंने आवाज बिना माइक तो सुन देती सी तो वो हाथी उपर बैठ के जब उन्होंने यह गल कही वो पूछा उन्हें वायसराय ने कहते की ने वो कहते ने एक कहते ने कि परमात्मा जो गॉड है ना ये वर्गा कोई राजा नहीं है तेनू कहते ने भी तू राजा कुछ भी नहीं है वो रब ही राजा है वो भी सुन के फिर आना लगे भी हाँ भी इनू कोई भय नहीं है उन्हें फिर उदो एक वर्ड कहे से कहते यह कोई महापुरश जो साढ़े मतलब कम्यूनिटी आता कोई क्रिश्चन आता सारी दुनिया उस रब मानती है सो है कि निर्भय वाली गल जी है ਪ੍ਰਚਕ